ओके okay. तो वेलकम टू द लॉन्चपैड एजुकेशन पंजाब ਕੋਚਰ ਆਪਾਂ ਕਰਾਂਗੇ ਕੁਆਟ ਜੀਐਸ ਜੀਕੇ ਸਾਰੀ ਚੀਜ਼ਾਂ ਆਪਨੇ ਮਿਕਸ ਰਹਿਣਗੀਆਂ ਮੌਕ ਟੈਸਟ ਹਾਲਦੇ ਪਏ ਨਾਲ ਨਾਲ ਇੱਕ ਪ੍ਰੋਪਰ ਤੁਹਾਨੂੰ ਐਕਸਪਲੇਨੇਸ਼ਨ ਵੀ ਮਿਲੂਗੀ ਇਹਨਾਂ ਕਲਾਸਿਸ ਦੇ ਵਿੱਚ ਕਲਾਸਿਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈਗਾ ਤੁਸੀਂ ਆਪਣੇ ਦੋਸਤਾਂ ਦੇ ਵਿੱਚ ਔਰ ਵੀਡੀਓ ਨੂੰ ਵੀ ਲਾਈਕ ਕਰ ਦੇਣਾ ਜਿਹੜੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਜੀ গুਡ ਮਾਰਨਿੰਗ ਹਿਮਾਂਸ਼ੂ ਜੀ ਤੇ ਸੈਸ਼ਨ ਨੂੰ ਇੱਕ ਵਾਰੀ ਮੈਂ ਵੀ ਸ਼ੇਅਰ ਕਰ ਦਿੱਤਾ ਤੇ ਤੁਸੀਂ ਲੋਕ ਵੀ ਸ਼ੇਅਰ ਕਰ ਦਿਓ ਸਵੇਰੇ 8 ਵਜੇ ਆਪਾਂ ਲਾਈਵ ਹੋ ਗਿਆ ਫਿਰ ਤੋਂ ਅੱਜ ਦੀ ਕਲਾਸ ਦੇ ਵਿੱਚ ਓਕੇ ਸੋ ਤੇ ਰੱਖ ਲੈਨੇ ਆ ਬਾਕੀ ਕੁਝ ਇਨਫੋਰਮੇਸ਼ਨਸ ਵਗੈਰਾ ਆ ਗਿਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਜਾਂ ਬਤਾਉਣਾ ਚਾਹੁੰਦਾ ਤੁਹਾਨੂੰ ਇਨਫੋਰਮੇਸ਼ਨਸ ਰਿਗਾਰਡਿੰਗ ਕੀ ਵੀ 4 ਦਸੰਬਰ ਨੂੰ ਹੋਣ ਵਾਲਾ ਆ ਗਿਆ ਕਲਰਕ ਡੀ ਉਹਦਾ ਐਗਜ਼ਾਮ ਉਸ ਤੋਂ ਬਾਅਦ ਆਪਣੇ ਪੇਪਰ ਆਣੇ ਆ ਗਏ ਵੀਡੀਓ ਦਾ ਫਿਰ ਕਲਰਕ ਦਾ ਫਿਰ ਐਕਸਾਈਜ਼ ਇਨਸਪੈਕਟਰ ਦਾ ਤਾਂ ਜਿਹੜੇ ਬੱਚੇ ਪਟਪਲਸਬੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਆ ਵੀਡੀਓ ਬਹੁਤ ਹੈਲਪਫੁਲ ਰਹੇਗੀ ਕਿਉਂਕਿ ਉਹਨਾਂ ਦੇ ਸਾਰੇ ਕਨਸੈਪਟ ਸਾਰੀ ਸਟੈਟਿਕ ਜੀਕੇ ਵੀ ਇਹਦੇ ਵਿੱਚ ਕਰਾਈ ਜਾਂਦੀ ਵੀ ਆ ਹਿਸਟਰੀ ਪੋਲੀਟੀ ਸਾਰੀ ਚੀਜ਼ ਆਪਾਂ ਇਹਨਾਂ ਕਲਾਸਾਂ ਦੇ ਵਿੱਚ ਕਰ ਜਿਹੜੇ ਬੱਚੇ ਯੂਪੀ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੇ ਆ ਇਸ ਸਾਲ ਪੀਸੀਐਸ ਆਉਣ ਦੇ ਲਈ ਤੁਸੀਂ ਬਹੁਤ ਜਲਦੀ ਨੋਟੀਫਿਕੇਸ਼ਨ ਸੁਣ ਲੋਗੇ ਕਿ ਵੀ ਅਗਲੇ ਸਾਲ ਥੋੜਾ ਪੀਸੀਐਸ ਦਾ ਐਗਜ਼ਾਮ ਹੋਣ ਵਾਲਾ ਤੇ ਜੇ ਤੁਸੀਂ ਆਪਣੀ ਤਿਆਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤੁਸੀਂ ਲਾਂਸਫੈਡ ਐਜੂਕੇਸ਼ਨ ਦੇ ਕੋਰਸਸ ਦੇ ਵਿੱਚ ਐਨਰੋਲ ਕਰ ਸਕਦੇ ਹੋ ਯੂਪੀ ਯੂਪੀਐਸਸੀ ਜਾਂ ਫਿਰ ਪੀਸੀਐਸ ਦੇ ਜਿਹੜੇ ਬੱਚੇ ਯੂਪੀਐਸਸੀ ਦੀ ਤਿਆਰੀ ਕਰ ਰਹੇ ਹੋ ਯੂਪੀਐਸਸੀ ਦੇ ਕੋਰਸਸ ਦੇ ਵਿੱਚ ਐਨਰੋਲ ਕਰ ਸਕਦੇ ਆਂ ਔਰ ਜਿਹੜੇ ਬੱਚੇ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਪੀਸੀਐਸ ਦੇ ਕੋਰਸਸ ਦੇ ਵਿੱਚ ਐਨਰੋਲ ਕਰ ਸਕਦੇ ਆਗੇ ਆਨਲਾਈਨ ਜੇ ਤੁਸੀਂ ਲੁਧਿਆਣਾ ਆ ਕੇ ਆਪਣੀ ਪ੍ਰੀਪਰੇਸ਼ਨ ਕਰਨਾ ਚਾਹੁੰਦੇ ਹੋ ਲੁਧਿਆਣਾ ਆ ਕੇ ਵੀ ਸਾਡੇ ਨਾਲ ਪ੍ਰੀਪਰੇਸ਼ਨ ਆਪਣੀ ਕਰ ਸਕਦੇ ਹੋ ਜੀ ਹਾਂਜੀ ਉਸ ਤੋਂ ਬਾਅਦ ਇਹਦੇ ਵਿੱਚ ਮਿਲੇਗਾ ਕਿ ਤੁਹਾਨੂੰ ਡੈਮੋ ਕਲਾਸਿਸ ਤੁਹਾਨੂੰ ਪ੍ਰੋਵਾਈਡ ਕਰ ਦਿੱਤੀ ਜਾਣਗੀ ਲਾਈਵ ਕਲਾਸਿਸ ਐਸਟਡੀ ਮਟੀਰੀਅਲ ਤੁਹਾਨੂੰ ਦਿੱਤਾ ਜਾਏਗਾ EMI ਹੈ ਔਰ 1 on 1 ਡਾਊਟ ਕਲੀਅਰੈਂਸ ਬੈਸਟ ਰਿਜ਼ਲਟ ਤੁਹਾਨੂੰ ਬੈਸਟ ਰਿਜ਼ਲਟ ਵੀ ਮਿਲੇਗਾ ਇਹਨਾਂ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ UPSC ਜਾਂ ਫਿਰ PCS ਦੇ ਰਿਗਾਰਡਿੰਗ ਮਾਰਨਿੰਗ ਤੇ ਈਵਨਿੰਗ ਦੋਨੋਂ ਤਰੀਕੇ ਦੇ ਬੈਚ ਚੱਲਦੇ ਆ ਮਾਰਨਿੰਗ ਤੇ ਈਵਨਿੰਗ ਜਿਹੜੇ ਬੱਚਿਆਂ ਨੂੰ ਜੋ ਕੰਫਰਟ ਆ ਗਿਆ ਉਹ ਕਰ ਸਕਦੇ ਆ ਔਰ ਬਾਕੀ ਜੇ ਪੰਜਾਬ ਦੇ ਤੁਸੀਂ ਪੇਪਰਾਂ ਦੀ ਗੱਲ ਕਰੀਏ ਗਰੁੱਪ B ਤੇ ਗਰੁੱਪ C ਵਾਲੇ ਪੇਪਰਾਂ ਦੀ ਗੱਲ ਕਰ ਲਈਏ ਉਹਨਾਂ ਦੇ ਲਈ ਤੁਸੀਂ ਸਾਡਾ ਪੰਜਾਬ ਕੋਰ ਬੈਚ ਪਰਚੇਸ ਕਰ ਸਕਦੇ ਹੋ 1 ਸਾਲ ਦੀ ਵੈਲਿਡਿਟੀ ਹੈਗੀ ਹੈ ਦੀ ਪੰਜਾਬ ਕੋਰ ਬੈਚ ਦੀ ਜੇ ਇਕੱਲਾ ਐਕਸਰਸਾਈਜ਼ ਦਾ ਕਰਨਾ ਆ ਗਿਆ ਤਾਂ ਇਕੱਲਾ ਐਕਸਰਸਾਈਜ਼ ਆ ਵੀ ਬੈਚ ਪਰਚੇਸ ਕਰ ਸਕਦੇ ਹੋ ਐਨ ਬੈਚਸ ਦੇ ਵਿੱਚ ਤੁਹਾਨੂੰ 40% ਆਫ ਮਿਲ ਜਾਏਗਾ ਜੀ 40% ਆਫ ਕਦੋਂ ਮਿਲੇਗਾ ਜਦੋਂ ਤੁਸੀਂ ਮੇਰਾ ਰੈਫਰਲ ਕੋਡ ਲਗਾ ਲੋਗੇ LP ਸੰਚਿਤ ਤਾਂ LP ਸੰਚਿਤ ਲਗਾਉਣਾ ਜ਼ਰੂਰੀ ਹੈਗਾ ਵੈਬਸਾਈਟ ਤੇ ਜਦੋਂ ਵੀ ਵਿਜ਼ਿਟ ਕਰਨਾ ਹੈ ਵੈਬਸਾਈਟ ਦਾ ਜਿਹੜਾ ਲਿੰਕ ਹੈਗਾ ਡਿਸਕ੍ਰਿਪਸ਼ਨ 'ਚ ਪਿਆ ਹੈ ਉਥੇ ਜਾਓ ਉਥੇ ਜਾ ਕੇ ਮੇਰਾ ਰੈਫਰਲ ਕੋਡ ਲਗਾ ਲਓ LP ਸੰਚਿਤ ਉਹਦੇ ਨਾਲ ਤੁਹਾਨੂੰ 40% ਆਫ ਸਾਡੇ ਬੈਚਸ ਦੇ ਵਿੱਚ ਮਿਲ ਜਾਊਗਾ ਜਿਹੜਾ ਪੰਜਾਬ ਕੋਰ ਬੈਚ ਹੈਗਾ ਉਹਦੀ 1 ਇਅਰ ਦੀ ਵੈਲਿਡਿਟੀ ਹੈਗੀ ਹੈ ਪੀ ਟ੍ਰਿਪਲ ਐਸ ਬੀ ਜਾਂ ਫਿਰ ਪੀ ਪੀ ਐਸ ਸੀ ਜਿਹੜੀ ਮਰਜ਼ੀ ਬਾਡੀ ਕੰਡਕਟ ਕਰਾਉਂਦੀ ਹੋਵੇ ਐਗਜ਼ਾਮ ਤੁਹਾਡੀ 1 ਡੇ ਸਿੰਗਲ ਡੇ ਐਗਜ਼ਾਮ ਦੀ ਇਹਦੀ ਵਿੱਚ ਤਿਆਰੀ ਤੁਹਾਨੂੰ ਕਰਾਈ ਜਾਊਗੀ ਦੋਨਾਂ ਦੇ ਵਿੱਚ ਜਿਹੜਾ ਫਰਕ ਰਹੂਗਾ ਤੁਹਾਨੂੰ ਦਿਖ ਜਾਏਗਾ ਜਦੋਂ ਤੁਸੀਂ ਪੰਜਾਬ ਕੋਰ ਬੈਚ ਪਰਚੇਸ ਕਰਦੇ ਹੋ जे बच्चे पी टीपल एस बी की करते वन लाइनर वर्ग के थोड़े सवाल होंगे तो जोड़े पी पी एससी के करते पे तैयारी उदा दे उस लैवल के क्वेश्चन तो मिल जाएगी बाकी बयाली सौ रुपए का बैच है बट कदों बयाली सौ लगेगा फोर्ट परसेंट ऑफ हो चुका है बट रैफल कोड जरूर मेरा लगा एल पी संचित एल पी संचि लगाने वाल ही आपकी कॉस्ट जी बयाली सौ की पेगी और थ्री थाउजेंड उत्ते भी थाना बहुत ज्यादा डिस्काउंट मिल जाएगा मतलब फोर्ट परसेंट का डिस्काउंट मेरा रैफल कोड लगाने जी गुड मॉर्निंग गुरजीत सिंह ਕਰਦੇ ਹਾਂ ਜੀ ਕਲਾਸ ਨੂੰ ਸਟਾਰਟ ਬਸ ਇੱਕ ਦੋ ਮਿੰਟ ਵੈਬਸਾਈਟ ਦਾ ਜਿਹੜਾ ਲਿੰਕ ਹੈਗਾ ਡਿਸਕ੍ਰਿਪਸ਼ਨ 'ਚ ਪਿਆ ਹੈ ਕੋਡ ਆਪਾਂ ਪੁੱਲਣਾ ਨਹੀਂ ਹੈ ਐਲਪੀ ਸੰਛਿਤ ਲਗਾਣੇ ਨੂੰ ਤੇ www.launchpadeducation.in ਤੁਸੀਂ ਇਹ ਵੈਬਸਾਈਟ ਤੇ ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ ਡਿਫਰੈਂਟ ਡਿਫਰੈਂਟ ਕੋਰਸਿਸ ਜਿਵੇਂ ਕਿ ਐਕਸਾਈਜ਼ ਇਕਲੀ ਟੈਸਟ ਸੀਰੀਜ਼ ਹੀ ਹੋਵੇ ਜਾਂ ਫਿਰ ਕੋਰਸ ਹੀ ਹੋਵੇ ਜਾਂ ਫਿਰ ਪੰਜਾਬ ਕੋਰਬਾ ਜੇ ਇੰਗਲਿਸ਼ ਵੀ ਸਿੱਖਣੀ ਚਾਹੁੰਦੇ ਹੋ ਤਾਂ ਇੰਗਲਿਸ਼ ਵੀ ਤੁਸੀਂ ਸਿੱਖ ਸਕਦੇ ਹੋ ਇੰਗਲਿਸ਼ ਦੀ ਜਿਹੜੀ ਪ੍ਰਾਈਸ ਹੈਗੀ ਉਹ ਬਹੁਤ ਹੀ ਘੱਟ ਹੈਗਾ ਉੱਤੇ ਵੀ ਤੁਹਾਨੂੰ 40% ਆਫ ਮਿਲ ਜਾਏਗਾ ਜੀ ਚਲੋ ਜੀ ਆਪਾਂ ਆਨਸਰ ਕਰਦਿਨਾ ਸਟਾਰਟ वर्ल्ड फिशरी डे इज ऑब्जर्वड ऑन व्हेन वर्ल्ड फिशरी डे इज ऑब्जर्वड ऑन 21 नंबर 11 दिसंबर 29 सितंबर और 10 अक्टूबर कदो फिशरीज डे मनाया ਜਾਂਦਾ ਹੈ ਆਬਜ਼ਰਵ ਕੀਤਾ ਜਾਂਦਾ ਆਗਾ ਹੁਣ ਇਦੀ ਸਾਰੀ ਗੁੱਡ ਮਾਰਨਿੰਗ ਗੁਰਜੀਤ ਸਿੰਘ ਜੀ ਸੈਸ਼ਨ ਨੂੰ ਆਪਾਂ ਇੱਕ ਵਾਰੀ ਸਾਰੇ ਜਨਤਾ ਸ਼ੇਅਰ ਵੀ ਕਰ ਦੇਾਂਗੇ ਤੇ ਵੀਡੀਓ ਨੂੰ ਵੀ ਲਾਈਕ ਕਰ ਦਾਂਗੇ ਜਿੰਨੇ ਬਰਾਬਰ ਜਿੰਨੇ ਦੇਖ ਰਹੇ ਆ ਉਹ ਸਾਰੇ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰ ਲਗੇ वर्ल्ड फिशरी डे ਕਦੋਂ ਮਨਾਇਆ ਜਾਂਦਾ ਕਦੋਂ ਆਬਜ਼ਰਵ ਕੀਤਾ ਜਾਂਦਾ ਹੁਣ 21 ਨਵੰਬਰ 11 ਦਸੰਬਰ 19 ਸਤੰਬਰ ਜਾਂ 10 ਅਕਤੂਬਰ ਇਹਨਾਂ ਚ ਕਿਹੜਾ ਆਨਸਰ ਕਰੈਕਟ ਹੋਏਗਾ ਨਾਲ ਦੇ ਨਾਲ ਮੈਂ ਤੁਹਾਨੂੰ ਥੀਮ ਵੀ ਦੱਸਾਂਗਾ 2021 ਦੀ ਜਿਹੜੀ ਥੀਮ ਸੀਗੀ ਉਹ ਕੀ ਸੀਗੀ ਆਪਾਂ ਕਾਦੇ ਲਈ ਮਨਾਨੇ ਆ ਗਏ ਆ ਵਰਲਡ ਫਿਸ਼ਰੀਜ਼ ਡੇ ਆ ਵਿਚ ਇਸ ਆਪਾਂ ਗੱਲ ਕਰਾਂਗੇ ਅੱਜ ਦੀ ਕਲਾਸ ਵਿੱਚ ਸਾਰੇ ਮਤਲਬ ਸਟੈਟਿਕ ਜੀਕੇ ਦੇ ਨਾਲ ਨਾਲ ਰਿਲੇਟੇਬਲ ਕਰੰਟ ਜਿਹੜੇ ਬਣਿਆ ਹੈ ਇਹਦੇ ਨਾਲ ਆਪਾਂ ਸਾਰੇ ਉਹ ਚੀਜ਼ਾਂ ਕਰਦੇ ਆ ਸੀ ਡਾਕਟਰ ਨਿਕਲ ਜੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ ਹੂੰ ਕੀ ਆਨਸਰ ਆਉਣ ਵਾਲਾ ਹੈ ਦਾ वर्ल्ड फिशरी डे इज ऑबजर्वड ऑन वेन 21 नवंबर 11 कोई भी तुक्का लगाना स्टार्ट कर दो कोई चक्कर ही नहीं है चाहे तुक्का लगा दो कुछ भी कर दो आंसर आने चाहिए बस जो मर्जी हो चैट बॉक्स कुछ ना कुछ आंसर देना ही देना 21 नवंबर आना चाहिए 11 दिसंबर 19 सितंबर या फिर 10 अक्टूबर देखो मैं तुम्हें थोड़ा जहा हिंट दिता अच्छ हैगी उन्नी तरीक उन्नीस तरीक हैगी नवंबर के महीने से मनाया जाए

ब्लेंड ऑफ द फिशिंग इंडस्ट्री नेचर एंड इनवायरमेंट प्लस अ ग्रेटर फोकस ऑन बायोडाइवर्सिटी ए दी कोई थीम भी सीगी किस चीज दे उते थीम रहंदी गी है एना चीज दे उते थीम रहंदी गी जी द यूनाइटेड नेशन पब्लिक सर्विस डे इज ऑब्जर्वड हुन आ दसो आ वाला दिन कदो हुंदा है ए वाला दिन कदो आंदा

ਜੂਨ 10 ਜੂਨ 29 ਨੂੰ ਕਿਹੜਾ ਦਿਨ ਮਨਾਇਆ ਜਾਂਦਾ ਸੀਗਾ ਯਾਦ ਹੈ ਕਿਸੇ ਨੂੰ ਜੂਨ 29 ਨੂੰ ਜਿਨ੍ਹਾਂ ਨੇ ਮੇਰੇ 2 ਦਿਨ ਪਹਿਲੇ ਇਹਦੀ ਕਲਾਸ ਸੁਣੀ ਹੋएगी ਜੂਨ 29 ਨੂੰ ਵੀ ਮੈਂ ਇੱਕ ਡੇ ਦੱਸਿਆ ਸੀਗਾ ਜੂਨ 29 ਨੂੰ ਕਿਹੜਾ ਡੇ ਸੀਗਾ 2 ਦਿਨ ਸੀਗੇ ਉਹ ਲੋਕ ਹਾਂ ਡੀਓ ਠੀਕ ਹੈ ਜੀ ਡੀਓ ਦੇ ਲਈ ਮੌਕ ਟੈਸਟ ਵੀ ਜ਼ਰੂਰੀ ਹੈ ਮੌਕ ਟੈਸਟ ਦੇਣੇ ਵੀ ਜ਼ਰੂਰੀ ਹੈ ਅਗਰ ਤੁਸੀਂ ਟੈਸਟ ਨੂੰ ਪਰਚੇਸ ਕਰ ਲੈਂਦੇ ਹੋ ਲਾਂਸਪੈਡ ਐਜੂਕੇਸ਼ਨ ਤੇ ਚਾਹੇ ਟੈਸਟ ਨੂੰ ਪਰਚੇਸ ਕਰ ਲਓ ਉਹਦੇ ਵਿੱਚ ਇਸ ਤੋਂ ਵੀ ਜ਼ਿਆਦਾ ਡਿਫਰੈਂਟ ਕੁਸ਼ਨ ਹੋਣਗੇ ਠੀਕ ਹੈ ਜੀ ਜੇ ਤੁਹਾਡਾ ਕਵਾਂਟ ਅੱਧਾ ਗਿਆ ਕਵਾਂਟ ਰੀਜ਼ਨਿੰਗ ਵਾਲਾ ਸੈਕਸ਼ਨ तो मौक लगाने चाहिए क्योंकि मैं फॉरस्ट गार्ड का पेपर देखिए सारा का सारा उसका मेरे बनाए हुए टेस्टा हाँ स्टैटिके स्टैटिस्टिक डे नैशनल वाला स्टैटिस्टिक डे भी, day, uh, day, भी मेरा बर्थडे भी यार मैं जून उन्ती मैं उदो तो क्या भी कि मेरा बर्थडे भी मनाया जाए हाँ जी आंसर जराक्ट है इसका आंसर करैक्ट अपने को आएगा जून तेई यूनाइट नेशन पब्लिक सर्विस डे इज ऑबजर्वड ऑन जून ट्वेंटी थ्री गुड मॉर्निंग नवी जी गुड मॉर्निंग जी ਹੂੰ ਇਹਦੇ ਪਿੱਛੇ ਦਾ ਕੁਝ ਇਤਿਹਾਸ ਹੈਗਾ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਇਸ ਚੀਜ਼ ਨੂੰ ਪੜ੍ਹ ਲੈਣਾ ਕਿ ਵੀ ਕਾਦੇ ਲਈ ਆਪਾਂ ਯੂਨਾਈਟਿਡ ਨੇਸ਼ਨ ਪਬਲਿਕ ਸਰਵਿਸ ਡੇ ਮਨਾਣੇ ਹੈ ਗਿਆ ਠੀਕ ਹੈ ਜੀ ਦ ਫਰਸਟ ਐਵਰ ਇੰਟਰਨੈਸ਼ਨਲ ਐਮ ਐਸ ਐਮਈ ਡੇ 2017 ਹੈਸ ਸੈਲੀਬ੍ਰੇਟਡ ਔਨ ਵਿਚ ਡੇ ਹੁਣ ਐਮ ਐਸ ਐਮਈ ਦੇ ਬਾਰੇ ਕੱਲ ਇਹ ਸਭ ਤੋਂ ਪਹਿਲੇ ਤਾਂ ਮੈਨੂੰ ਐਮ ਐਸ ਐਮਈ ਦੀ ਫੁੱਲ ਫਾਰਮ ਲਿਖਣੀ ਸਟਾਰਟ ਕਰੋ ਸਾਰੇ ਜਾਣੇ ਐਮ ਐਸ ਐਮਈ ਦੀ ਫੁੱਲ ਫਾਰਮ ਲਿਖੀ ਹੋ ਜੀ ਐਮ ਐਸ ਐਮ ਆ ਦੀ ਫੁੱਲ ਫਾਰਮ ਲਿਖੋ ਇਸਟੈਬਲਿਸ਼ ਸਟਾਈ ਓਕੇ ਸਟਾਈ ਜੂਨ ਫਰਸਟ ਐਵਰ ਇੰਟਰਨੈਸ਼ਨਲ ਐਮ ਐਸ ਐਮ ਡੇ ਇਹ ਵੀ ਜੂਨ ਜੀ ਆ ਗਿਆ ਓਕੇ 사ਉਂਡ ਕਟ ਆ ਰਹੀ ਹੈ 사ਉਂਡ ਕਟ ਆ ਰਹੀ ਹੈ ਮੈਂ ਤਾਂ ਬਹੁਤ ਉੱਚੀ ਬੋਲਦਾ ਪਿਆ ਯਾਰ ਖਾਲੀ ਕਮਰੇ ਦੇ ਵਿੱਚ ਐਡੀ ਉੱਚੀ ਬੋਲਦਾ ਪਿਆ ਕਿਸੇ ਨੂੰ 사ਉਂਡ ਕਟ ਲੱਗ ਰਹੀ ਹੈ ਮੈਨੂੰ ਦੱਸੋ ਜੀ ਜੂਨ ਤਾਈ ਮਾਈਕਰੋ স্মॉल మీడియం ਐਂਟਰਪ੍ਰਾਈਜ਼ਸ ਬਿਲਕੁਲ ਜੀ ਜਿਹੜੀ ਐਮ ਐਸ ਐਮ ਇ ਦੀ ਫੁੱਲ ਫਾਰਮ ਹੁੰਦੀ ਹੈ ਆਪਣੇ ਕੋਲ ਦੀ ਹੈ ਮਾਈਕਰੋ ਮਾਈਕਰੋ স্মॉल మీడియం ਐਂਟਰਪ੍ਰਾਈਜ਼ਸ ਕਦੇ ਕਦੇ ਪੇਪਰਾਂ ਦੇ ਵਿੱਚ ਇਹ ਵੀ ਪੁੱਛੀ ਜਾਂਦੀ ਹੈ ਨਾ ਹਾਂਜੀ ਤੋਂ ਪਹਿਲਾ ਐਮ ਐਸ ਐਮ ਇ ਫਰਸਟ ਐਵਰ ਇੰਟਰਨੈਸ਼ਨਲ ਐਮ ਐਸ ਐਮ ਇ ਡੇ ਇਜ਼ ਅਬਜ਼ਰਵ सेलिब्रेटेड ਔਨ ਵਿਚ ਡੇ ਤੋਂ ਜੂਨ ਕਿੰਨਾ ਆਨਸਰ ਹੈਗਾ ਜੂਨ 27 ਇਹ ਜੀ ਜੂਨ 27 ਆਪਣਾ கரੈਕਟ ਆਨਸਰ ਰਹੇਗਾ ਇਹ ਕੁਝ ਇੰਪੋਰਟੈਂਟ ਡੇਜ਼ ਅਗੇ ਆਪਾਂ ਲੋਕਾਂ ਨੇ ਜਿਨ੍ਹਾਂ ਨੂੰ ਡੇਜ਼ ਨਹੀਂ ਪਤਾ ਮੇਰੀ ਕਲਾਸ ਦੇ ਵਿੱਚ ਮੈਂ ਜਦੋਂ ਕਵਾਂਟ ਕਰਾਂਦਾ ਸੀਗਾ ਉਦੋਂ ਵੀ ਮੈਂ ਤੁਹਾਨੂੰ ਕਹਿੰਦਾ ਸੀਗਾ ਕਿ ਭਾਈ ਕਾਪੀ ਲੈ ਕੇ ਬੈਠੋ ਕਾਪੀ ਪੈਨ ਲੈ ਕੇ ਬੈਠੋ ਜੇ ਅੱਜ ਦੀ ਕਲਾਸ ਦੇ ਵਿੱਚ ਸਟੈਟਿਕ ਸਟੈਟਿਕ ਜੀਕੇ ਚੱਲਦੀ ਪਈ ਹੈ ਤਾਂ ਉਹਦੇ ਵਿੱਚ ਵੀ ਤੁਸੀਂ ਲੋਕ ਪੈਨ ਕਾਪੀ ਜ਼ਰੂਰ ਲੈ ਕੇ ਬੈਠੋ ਇਹ ਚੀਜ਼ਾਂ ਨੂੰ ਨੋਟ ਕਰਦੇ ਰਹੋ ਕਿਉਂਕਿ ਜਿਨ੍ਹਾਂ ਨੂੰ ਨਹੀਂ ਪਤਾ ਪੇਪਰ ਦੇ ਵਿੱਚ ਇਹਦੇ ਵਿੱਚੋਂ ਕੁਸ਼ਨ ਆ ਜਾਂਦੇ ਹੈ ਸਟੈਟਿਕ ਜੀਕੇ ਆ ਗਈ ਹੈ ਆਹੀ ਕੁਸ਼ਨ ਆਦੇ ਕੰਪੀਰ ਕੇ ਆਹੀ ਆਨੇ the birth anniversary of dash is celebrated as international nurses day every year batao the birth anniversary kidi birth anniversary nu manaya janda as a international nurses day every year har saal is the answer may be jide bahut der to taiyari kar rahe hai gs g ke padhde paye hai ohna nu ada answer bahut aanda hoga ki ve ada answer ki hon wala a gaya apna ਜਿਵੇਂ ਕਿ ਆਨਸਰ ਪਹਿਲੇ ਪੜ ਲੀਏ ਫਿਰ ਦੇਖਦੇ ਹਾਂ ਸੀ ਪਾਰਟ ਅੱਛਾ ਨਹੀਂ ਨਹੀਂ ਪਿਛਲੇ ਕੁਐਸਚਨ ਦਾ ਹੋਵੇਗਾ ਸੀ ਪਾਰਟ ਸੀ ਪਾਰਟ ਓਕੇ ਮਦਰ ਟੇਰਿसा ਮਦਰ ਟੇਰਿसा ਮਦਰ ਟੇਰਿसा ਓਕੇ ਮਦਰ ਟੇਰਿसा ਮੁਹੰਮਦ ਮੋਹਸਰ ਜੀ ਕਹਿੰਦੇ ਇਹ ਪਾਰਟ ਓਕੇ ਨਾਈਟ ਐਂਗਲ ਬਿਲਕੁਲ ਜੀ ਨਾਈਟ ਐਂਗਲ ਨਾਈਟ ਐਂਗਲ ਬਿਲਕੁਲ ਨਾਈਟ ਐਂਗਲ ਵਾਲੇ ਜਿਹੜਾ ਆ ਗਿਆ ਉਹ ਆਪਣਾ ਕਰੈਕਟ ਹੈਗਾ ਮਦਰ ਟੇਰਿਸਾ ਦੇ ਦਿਨ ਦੇ ਉਤੇ ਇੰਟਰਨੈਸ਼ਨਲ ਨਰਸਿਸ ਡੇ ਨਹੀਂ ਮਨਾਇਆ ਜਾਂਦਾ ਨਾਈਟ ਨਾਈਟ ਗੇਲ ਨਾਈਟ ਐਂਗਲ ਇਨਾਂ ਦੇ ਬਰਥਡੇ ਇਨਾਂ ਦੇ ਬਰਥ ਐਨੀਵਰਸਰੀ ਦੇ ਉੱਤੇ ਇੰਟਰਨੈਸ਼ਨਲ ਨਰਸਿਸ ਡੇ ਮਨਾਇਆ ਜਾਂਦਾ ਜੀ ਹਮ ਐਵਰੀ ਇਅਰ ਹੁਣ ਮਨਾਇਆ ਵੀ ਕਿਤੇ ਹੋ ਜਾਂਦਾ ਐ ਵੀ ਜਰਾ ਸਮਝ ਲਓ ਐ ਵੀ ਪੜ ਲੈਣੇ ਆਪਾਂ ਕਦੋਂ ਮਨਾਇਆ ਜਾਂਦਾ ਹੈ ਹਰ ਸਾਲ ਇੰਟਰਨੈਸ਼ਨਲ ਨਰਸਿਸ ਡੇ ਮਈ 12 ਨੂੰ ਮਨਾਇਆ ਜਾਂਦਾ ਉਸ ਤੋਂ ਬਾਅਦ ਸੈਲੀਬ੍ਰੇਟਿਡ ਐਜ਼ ਅ ਇੰਟਰਨੈਸ਼ਨਲ ਇਨਾਂ ਦੀ ਯਾਦ ਦੇ ਵਿੱਚ ਆਪਾਂ ਮਨਾਣੇ ਹੈਗੇ ਆ ਇੰਟਰਨੈਸ਼ਨਲ ਨਰਸਿਸ ਡੇ ਨੂੰ ਤੇ ਦ ਡੇ ਇਜ਼ ਸੈਲੀਬ੍ਰੇਟਿਡ ਟੂ ਮਾਰਕ ਦ ਕੰਟ੍ਰਿਬਿਊਸ਼ਨ ਮੇਡ ਬਾਈ ਦ ਨਰਸਸ ਟੂ ਦ ਸੋਸਾਇਟੀ ਕਾਦੇ ਲਈ ਮਨਾਇਆ ਜਾਂਦਾ ਹੈ कॉन्ट्रीब्यूशन जी नर्सिस द्वारा दी गई है सोसाइटीजु आप मनाने मोर ओवर दिस ईयर इन ट्वेंटी वन की अगर जो गल कर लीजिए इंटरनेशनल डे इज अंडर द फॉलोइंग थीम दो हज़ार इक्कीम अपनी कि भी नर्सिंग द वर्ल्ड टू हैल्थ नर्सिंग द वर्ल्ड टू हैल्थ ए थीम भी जी हूँ इंपोर्टेंट होंगे है पेपर च क्या पीडबल एस बी एग्जाम डायरैक्ट थीम पुछता है कि भी इस डे की थीम की हैगी है तो आप थीम के लिए आह चीज़ याद रख लेना थीम लिख लेना द वर्ल्ड टू हेल्थ लाइक आर द बेस्ट इंडिकेटर ऑफ। आर द बेस्ट ऑफ एयर वोल्यूशन सॉयल वाटर या फिर साउंड पॉल्यूशन साउंड और नॉइज तो इकट्ठे हो गए हाँ जी दसो जी लाइक जो है बेस्ट इंडीकेटर किस चीज़ के एयरजाटर साउंड वॉटर ओके एयर पॉल्यूशन सचिन जी गुड मॉर्निंग जी वॉटर वॉटर एयर एयर पोल्यूशन इफ लाइक आर प्रेजेंट इट मीनस देयर इज इन नो पॉल्यूशन यस जी तो यह जरा बिल्कुल जी एयर पॉल्यूशन है आंसर आर द बेस्ट इंडिकेटर ऑफ एयर पॉल्यूशन लाइक जो होंगे आर द बेस्ट हूँ समझ लें थोड़ी बार थोड़ी थ्यूरी भी समझ लें कि थ्यू थ्यूरी हैगी पिछे की कि जो लाइकनज आर प्लांट्स दैट ग्रो इन एक्सपोज प्लेस सच एज रॉक्स और ट्री बाग ए ग्रो होंगे मोर ओवर लाइक आर वाइडली यूज एज अ इनवायरमेंटल इंडीकेटर्स ऑर बायो इंड दे कैन बी यूज एज ए एयर पॉल्यूशन इंड एसपैशली ऑफ द कंसनट्रेस ऑफ सल्फर डाइऑक्साइड इन द एटमोसफेयर दे नीड टू बी वेरी गुड एट एबजॉर्बिंग वॉटर एंड न्यूट्रिय टू ग्रो देयर

बाग हाँ। एदा था कि आंसर पहले प्राइम ऑफ इंडिया मौलाना साहब नंदा साहब साहब नेहरू या वल्लभ भाई पटेल जी कौन है जी आंसर तो आदा ही है ना सारू हाँ उस बात उत्तराखंड हाँ ओके, तो आंसर की आ गया जी सरदार वल्लभ भाई पटेल बिल्कु बिल्कुल जी डी पार्ट सरदार वल्लभ भाई पटेल इन्हों का बिल्कुल करैक्ट आंसर है ਸਰਦਾਰ ਵੱਲਭਾਈ ਪਟੇਲ ਜਿਹੜੇ ਸੀਗੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਆਪਣੇ ਇੰਡੀਆ ਦੇ ਸੀਗੇ ਮਧੂਮਲਾਈ ਨੈਸ਼ਨਲ ਪਾਰਕ ਇਜ਼ ਲੋਕੇਟਿਡ ਇਨ ਵਿਚ ਸਟੇਟ ਮਧੂਮਲਾਈ ਜਿਹੜਾ ਨੈਸ਼ਨਲ ਪਾਰਕ ਹੈਗਾ ਹਾਂ 31 ਅਕਤੂਬਰ ਯੂਨਿਟੀ ਡੇ ਵੀ ਮਨਾਇਆ ਜਾਂਦਾ ਹੈ ਉਹਨਾਂ ਦੇ ਬਰਥਡੇ ਦੇ ਉੱਤੇ ਪਟੇਲ ਜੀ ਦੇ ਬਰਥਡੇ ਦੇ ਲਈ ਉੱਤੇ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਵਰਲਡ ਆਪਣਾ ਯੂਨਿਟੀ ਡੇ ਯੂਨਿਟੀ ਡੇ ਸਿੰਪਲ ਔਰ ਸਭ ਤੋਂ ਵੱਡੀ ਜਿਹੜੀ ਮੂਰਤੀ ਹੈਗੀ ਉਹ ਕਿਹੜੇ ਕਿੱਥੇ ਗਈ ਹੈ ਬਤਾਓ ਜੀ ਸਟੈਚੂ ਆਫ ਯੂਨਿਟੀ 182 मीटर गुजरात गुजरात के किथे आप भी दसो जरा गुजरात लोकेशन च होएगी तमिलनाडु तमिलनाडु ओके मधुमलाई नेशनल पार्क इज लोकेटेड इन विद स्टेट तमिलनाडु कर्नाटका करना। दोनों वरी कर्नाटक आ गया छत्तीसगढ़ तमिलनाडु तमिलनाडु तमिल ओके जी तो तमिलनाडु वाला आंसर अपना बिल्कुल करेक्ट हैगा तमिलनाडु है के मधुमलाई नेशनल पार्क ગુજરા હા કવાડલા ઓગસ્ટમલાઈ તમલ જڑا મધુમલાઈ નેશનલ પાર્ક હગે એમએન નેમ્પિ ઇઝ લોકેટેડ અબાઉટ 150 કિલોમીટર ધ હગે નોર્થ-વેસ્ટ ઓફ ધ કોયમટૂર સિટી કોયમટૂર સિટી છે હગે אבי યાદ રાખ લે કોયમટૂર સિટી છે હગે ઉસ તો બાદ જڑا પ્રોટેક્ટેડ એરિયા હગે કાદલી હગે ઇન્ડિજર્ડ તે વલ્નરેબલ સ્પીસીસ દે લિયે જમે કી ભી ઉદેચ ઇન્ડિયન এলিફન્ટ હોગે બંગાલ टाइगर હોગે गौर एंड इंडियन लियोपार्ड और सारे जेडे ओदेते अगेंस स्पीशीज जेडे गया एंडेंजर्ड है, है गया और वल्नरेबल है गया देयर आर एट लीस्ट 266 स्पीशीज ऑफ बर्ड्स एथे कटोगार्ड 204 बर्डी स्पीशीज है गया इंक्लूडिंग क्रिटिकली एंडेंजर्ड मतलब एंडचे जेड़ा वाइट ड्रम्ड है गया अपना वाइट ड्रम्ड वल्चर ते लॉन्ग बाल्ड वल्चर आ दोनों जेडे गया अभी एदे विच एंडेंजर्ड कैटेगरी दे विच ही आउंदे है pollination by wind is called haan ji endangered and vulnerable recently satyamangalam tiger reserve wind haa e recently di gall hai matlab aap pichle saal di gall kar sakde hai ke vi satyamangalam jena tiger reserve ho gaya ohnu t into 2 da award mila t into 2 da award kyun that tiger of the counting da double hona oh boli da ga t into 2 award onna nu mil udhar mil da ga jidda tiger di counting double ho jaye na te satyamangalam jeda ha ga

ਉਹ ਕਰੈਕਟ ਹੈਗਾ ਹੁਣ ਪੋਲੀਨੇਸ਼ਨ ਦਰਸਲ ਹੁੰਦਾ ਕੀ ਹੈਗਾ ਪੋਲੀਨੇਸ਼ਨ ਦੇ ਬਾਰੇ ਵੀ ਆਪਾਂ ਸਮਝ ਲੈਣੇ ਆ ਜਦੋਂ ਆਪਾਂ ਪਲਾਂਟ ਦੇ ਵਿੱਚ ਰੀਪ੍ਰੋਡਕਸ਼ਨ ਦੀ ਗੱਲ ਕਰਦੇ ਆ ਉਦੋਂ ਹੁੰਦੀ ਹੈਗੀ ਪੋਲੀਨੇਸ਼ਨ ਹੁਣ ਪੋਲੀਨੇਸ਼ਨ ਵੀ ਜਿਹੜੀ ਹੈਗੀ ਹੈ ਦੋ ਤਰੀਕੇ ਦੀ ਹੁੰਦੀ ਹੈ ਪੋਲੀਨੇਸ਼ਨ ਦੋ ਤਰੀਕੇ ਦੀ ਕਿਸ ਤਰੀਕੇ ਨਾਲ ਇੱਕ ਹੁੰਦੀ ਹੈ ਸੈਲਫ ਔਰ ਇੱਕ ਹੁੰਦੀ ਹੈ ਕ੍ਰੋਸ ਦੋ ਤਰੀਕੇ ਦੀ ਪੋਲੀਨੇਸ਼ਨ ਹੁੰਦੀ ਹੈ ਪਲਾਂਟ ਦੇ ਵਿੱਚ ਸੈਲਫ ਤੇ ਇੱਕ ਕ੍ਰੋਸ ਸੈਲਫ ਪੋਲੀਨੇਸ਼ਨ ਦੇ ਵਿੱਚ ਕੀ ਹੁੰਦਾ ਜਦੋਂ ਉਦੇ ਹੀ ਸਪਰਮ ਮਤਲਬ ਪਲਾਂਟ ਦਾ ਜਿਹੜਾ ਸਪਰਮ ਹੈ ਜਿਮਨੋਸਪਰਮ ਉਹਨੂੰ ਕਹਿੰਨੇ ਗਿਆ ਉਹਦੇ ਵਿੱਚ ਹੀ ਚਲਾ ਜਾਏ ਖੁ ਉਹਨੂੰ ਕਹਿੰਨੇ ਹੈਗੇ ਆਪਾਂ ਸੈਲ ਪੋਲੀਨੇਸ਼ਨ ਕ੍ਰੋਸ ਮਤਲਬ ਜਦੋਂ ਹਵਾ ਨਾਲ ਮਤਲਬ ਜਿਹੜਾ ਇੱਕ ਪਲਾਂਟ ਦੇ ਉੱਤੇ ਦੂਜੇ ਪਲਾਂਟ ਦੇ ਉੱਤੇ ਚਲਾ ਜਾਏ ਉਹਨੂੰ ਕਹਿੰਨੇ ਹੈਗੇ ਆ ਕ੍ਰੋਸ ਪੋਲੀਨੇਸ਼ਨ ਆ ਦੋ ਡਿਫਰੈਂਸ ਹੁੰਦੇ ਆ ਪੋਲੀਨੇਸ਼ਨ ਦੇ ਵਿੱਚ ਸੈਲ ਪੋਲੀਨੇਸ਼ਨ ਮਤਲਬ ਵਿਦਨ ਦਾ ਪਲਾਂਟ ਕ੍ਰੋਸ ਮਤਲਬ ਦੂਜੇ ਪਲਾਂਟ ਦੇ ਵਿੱਚ ਚਲੀ ਜਾਵੇ ਜਦੋਂ ਚੀਜ਼ ਇਹਨੂੰ ਕਿਹਾ ਜਾਂਦਾ ਹੈ ਅੱਪੇ ਹਜੇ ਸਟਾਰਟ ਨਹੀਂ ਕੀਤੀ ਮੌਕਲੀ ਮੈਂ ਮੌਕਲੀ ਖਾਓ ਮੈਂ ਖਾਣੋਂ ਗੁਜਰਾਤ ਦੀ ਸਤਿ ਸ਼੍ਰੀ ਅਕਾਲ ਜੀ ਸਿਮਰਜੀਤ ਕੌਰ ਜੀ ਹੂੰ ਤੋ a ਪਾਰਟ ਐਜ਼ ਦਾ ਆਪਣਾ ਆਨਸਰ ਕਰੈਕਟ ਹੈ ਆਪਣਾ ਮੈਂ ਥੋੜੀ ਥਿਊਰੀ ਲਿਖੀ ਹੋਈ ਹੈ ਕਿ ਬਈ ਇਹਨੂੰ ਕਿਹਾ ਕਿ ਜਾਂਦਾ ਹਾਂ when the pollen is carried by air current is called anemophily ਹਾਂ ਜੀ ਹੁਣ ਜਿੱਦਾਂ ਮੈਂ ਦੱਸਿਆ ਕਿ ਬਈ ਜਿੱਦਾਂ ਇਹ ਕਿਹੜੀ ਪੋਲੀਨੇਸ਼ਨ ਦੇ ਅੰਡਰ ਆ ਗਿਆ ਕਰਾਸ ਪੋਲੀਨੇਸ਼ਨ ਦੇ ਅੰਡਰ ਹੀ ਆ ਗਿਆ ਕਿਉਂਕਿ ਹਵਾ ਦੇ ਬਹਾਅ ਦੇ ਨਾਲ ਕੀ ਹੋ ਰਿਹਾ ਇੱਕ ਗ੍ਰੇਨ ਜਿਹੜਾ ਹੈਗਾ ਮਤਲਬ ਪੋਲਨ ਗ੍ਰੇਨ ਜਿਹੜਾ ਹੈਗਾ ਉਹ ਦੂਜੇ ਪlant ਦੇ ਵਿੱਚ ਜਾ ਰਿਹਾ ਹੈ ਟ੍ਰਾਂਸਫਰ ਆਫ ਪੋਲਨ ਸੀਡਸ ਫਰੋਂ ਹਾਂ ਜੀ ਜਿਮਨੋਸਪਰਮ ਵੀ ਕਹਿੰਨੇ ਆਗੇ ਇਹਨਾਂ ਨੂੰ ਕਿਉਂਕਿ ਮੇਲ ਦਾ ਜਿਹੜਾ ਪਾਰਟ ਹੁੰਦਾ ਉਹਨੂੰ ਜਿਮਨੋਸਪਰਮ

ਗੈਲਵਨਾਈਜ਼ੇਸ਼ਨ ਮਤਲਬ ਹੁੰਦਾ ਜਦੋਂ ਇੱਕ ਮੈਟਲ ਦੇ ਉੱਤੇ ਦੂਜੇ ਮੈਟਲ ਦੀ ਪਰਤ ਚੜਾ ਦਿੱਤੀ ਜਾਵੇ ਲੇਅਰਿੰਗ ਕਰ ਦਿੱਤੀ ਜਾਵੇ ਉਹਨੂੰ ਕਹਿੰਦੇ ਆਪਾਂ ਗੈਲਵਨਾਈਜ਼ਿੰਗ ਇਹਦੇ ਵਿੱਚ ਆਨਸਰ ਕਿਹੜਾ ਆਊਗਾ ਮੇਰਾ ਆਨਸਰ ਓਪਨ ਹੋ ਗਿਆ ਹੈ ਜ਼ਿੰਕ ਓਕੇ ਜ਼ਿੰਕ 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 ਇਹ ਜੀ ਇਹ ਪਾਰਟ ਜ਼ਿੰਕ ਬਿਲਕੁਲ ਜੀ ਜ਼ਿੰਕ ਜਿਹੜਾ ਆ ਗਿਆ ਜ਼ਿੰਕ ਮੈਟਲ ਜਿਹੜਾ ਆ ਗਿਆ ਉਹ ਲਗਾਇਆ ਜਾਂਦਾ ਆਇਰਨ ਦੇ ਉੱਤੇ ਕਿਉਂ ਕਿਉਂਕਿ ਜਿਹੜਾ ਜ਼ਿੰਕ ਆ ਗਿਆ ਉਹ ਰੈਐਕਟਿਵ ਜਿਹੜਾ ਆ ਗਿਆ ਹੁਣ ਰੈਐਕਟਿਵ ਦੀ ਗੱਲ ਕਰ ਦਿੰਨੇ ਆ ਰੈਐਕਟਿਵਨੈਸ ਜਿਹੜੀ ਹੈ ਜ਼ਿੰਕ ਕੀ ਕਰਦਾ ਹੈਗਾ ਜ਼ਿੰਕ ਆਇਰਨ ਨੂੰ ਨਾ ਰੈਕਟ ਨਹੀਂ ਹੋਣ ਦਿੰਦਾ ਬਾਕੀ ਦੀ ਆਊਟਸਾਈਡ ਵਾਲੀ ਚੀਜ਼ਾਂ ਨਾਲ ਜਿਵੇਂ ਆਕਸੀਜਨ ਹੋ ਗਈ ਵਾਟਰ ਹੋ ਗਿਆ ਵਾਟਰ ਨੂੰ ਮਤਲਬ ਵਾਟਰ ਇਦਾਂ ਨਹੀਂ ਹੁੰਦਾ بارش ਵਾਲਾ ਵਾਟਰ ਕਹ ਲਓ ਜਾਂ ਫਿਰ ਮੌਇਸਚਰ ਕਹ ਲਓ ਮੌਇਸਚਰ ਪ੍ਰੈਜ਼ెంట్ ਨੂੰ ਦਾ ਹੈ ਸਾਡੇ ਐਟਮੋਸਫੀਅਰ ਦੇ ਵਿੱਚ ਕਿ ਆਇਰਨ ਨੂੰ ਰੈਕਟ ਨਹੀਂ ਹੋਣ ਦਿੰਦਾ ਹੈਗਾ ਆਕਸੀਜਨ ਦੇ ਨਾਲ ਤੇ ਵਾਟਰ ਦੇ ਨਾਲ ਜਿਹਦੇ ਕਰਕੇ ਜ਼ਿੰਕ ਆਪਾਂ ਲਗਾ ਦਨੇ ਹੈਗਾ ਜ਼ਿੰਕ ਇੱਕ ਤਰੀਕੇ ਦਾ ਪ੍ਰੋਟੈਕਟਿੰਗ ਦਾ ਕੰਮ ਕਰਦਾ ਹੈਗਾ ਆਇਰਨ ਦੀ हाँ जी तो बच्चों के लिए आप इंटेंसिटी बताओ जी आंसर आएगा द इंटेंसिटी ऑफ अर्थक्वेक इंटेंसिटी ऑफ अर्थक् की गल करनी इंटेंसिटी मैं भूचाल के बारे नहीं पूछ रहा ਪੁਚਾਲ ਦੇ ਬਾਰੇ ਨਹੀਂ ਪੁੱਛ ਰਿਹਾ ਜੀ ਸਤਿ ਸ਼੍ਰੀ ਅਕਾਲ ਰੂਪੀ ਜੀ ਮੈਂ ਪੁਚਾਲ ਦੇ ਬਾਰੇ ਨਹੀਂ ਪੁੱਛ ਰਿਹਾ ਅਰੇ ਮੈਂ ਪੁਚਾਲ ਦੇ ਬਾਰੇ ਨਹੀਂ ਪੁੱਛ ਰਿਹਾ ਜੀ ਏ ਏ ਏ ਏ ਇਹ ਆਨਸਰ ਜਿਹੜਾ ਹੁੰਦਾ ਰਿਚਰਡ ਸਕੇਲ ਹੁੰਦਾ ਉਹ ਅਰਥਕੁਏਕ ਨੂੰ ਮਾਪਦਾ ਹੈ ਅਰਥਕੁਏਕ ਦਾ ਲੈਵਲ ਮਾਪਦਾ ਹੈ ਆਪਾਂ ਇੰਟੈਂਸਿਟੀ ਦੀ ਗੱਲ ਕਰਦੇ ਵਾ ਇੰਟੈਂਸਿਟੀ ਇਜ਼ ਅ ਡਿਫਰੈਂਟ ਇੰਟੈਂਸਿਟੀ ਜਿਹੜੀ ਹੁੰਦੀ ਹੈ ਉਹ ਤੋਂ ਡਿਫਰੈਂਟ ਹੁੰਦੀ ਹੈ ਜੀ ਰਿਚਰਡ 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 ਨਹੀਂ ਹੈ ਨਾ ਆਨਸਰ गुड मॉर्निंग सुमन जी मर ओके okay. हाँ को मैं वही कह रहा भूचाल में मापर के दे नहीं मैं कह रहा इंटेंसिटी दी गल करते पे इंटेंसिटी दी बिल्कुल जी मरकरी वाला मरकली वाला जेड़ा स्केल, लगा, स्केल लगा, है मरकैली वाला स्केल है वो बढ़ते जाता है Which of the following crop is known as a green gold main lagda ah wala paper je tu si kade dekheya hove ah wala question nahi nahi richter nahi aundi acha richards scale lappa ik wari pichli classes de vich richards scale da oh vi dekhya jega measurement kinna honda hai ta kuch jagah te utte oda measurement jehda siga oh 1 to 9 siga te kuch jagah te utte 0 to 9 honda ta paper ch jehda vi aade dono ch koi ik hi aayega ohnu tick kar dena richards scale kidde te mapya janda huga edde te hovega ji ए वाला क्वेश्चन तो देखे होगा कि एग्जाम तैयारी कर रहे हो जो कियर देखे कल प्रीवियस ईयर बताओ आंसर की टी, जी. दे पेपर चाहिए प्रीवियस ईयर देखिए किसी ने वाइट गोल्ड कोटन वाइट गोल्ड कोटन कह दें एक्साइज के दे पेपर आया मेरे ख्याल वाला क्वेश्चन कि बी which of the following crop is known as a green gold ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਜਦੋਂ analysis ਕੀਤਾ ਸੀਗਾ ਕੁਆਂਟ ਦਾ analysis ਕੀਤਾ ਸੀਗਾ ਤੇ ਉਦੋਂ by chance ਮੇਰਾ ਧਿਆਨ ਪਿਆ ਸੀਗਾ ਏਦਾਂ ਦਾ ਹੀ question ਸੀਗਾ ਉਹ ਵਾਲਾ excise ਦੇ ਪੇਪਰ ਦੇ ਵਿੱਚ ਆਇਆ ਸੀਗਾ ਜੀ ਆਹ ਵਾਲਾ question ਹੁਣ ਇਹ ਅੱਛਾ ਗ੍ਰੀਨ 골ਡ ਇਹਨੂੰ ਕਿਹਾ ਵੀ ਕਿਉਂ ਜਾਂਦਾ ਹੈ ਇਹ ਵੀ ਸਮਝ ਲਓ ਗ੍ਰੀਨ 골ਡ ਹੀ ਕਿਉਂ ਇਹਨੂੰ ਕਹਿੰਦੇ ਆ ਬੋਲਣਾ ਨਹੀਂ ਸਮਝ ਨਹੀਂ ਆ ਬਲੇਮ ਬਲ ਨੋ ਇਸ ਸਮੇਂ ਮਨਿਲ ਹਾਂਜੀ ਪਹਿਲੇ ਇਹਦੀ ਇੰਪੋਰਟੈਂਸ ਸਮਝ ਲੈਣੀ ਹੈ ਕਿ ਇਹਨੂੰ 골ਡ ਗ੍ਰੀਨ 골ਡ ਹੀ ਕਹਤੋ ਗਿਆ ਜਾਂਦਾ ਟੀ ਨੂੰ ਆਪਾਂ ਕਹਿੰਨੇ ਆ ਗਾ ਗ੍ਰੀਨ 골ਡ ਬਿਕੋਜ਼ ਇਟ ਹੈਜ਼ ਅ ਟ੍ਰਿਮੈਂਡਸ ਵੈਲਿਊ ਐਂਡ ਇਜ਼ ਯੂਜੂਲੀ ਐਕਸਪੋਰਟਡ ਟੂ ਦਾ ਡਿਫਰੈਂਟ ਕੰਟਰੀਜ਼ ਡਿਫਰੈਂਟ ਕੰਟਰੀਜ਼ ਦੇ ਵਿੱਚ ਐਕਸਪੋਰਟ ਦੇ ਲਈ ਇਹਨੂੰ ਆਪਾਂ ਕਹਿੰਨੇ ਆ ਗਾ ਗ੍ਰੀਨ 골ਡ ਦਾ ਅਗਰ ਜੇ ਇੰਡੀਆ ਦੀ ਗੱਲ ਕਰ ਲਈ ਇੰਡੀਆ 25 ਤੋਂ ਜ਼ਿਆਦਾ ਕੰਟਰੀ ਦੇ ਵਿੱਚ ਵਰਲਡ ਦੀ ਕੰਟਰੀਜ਼ ਦੇ ਵਿੱਚ ਮਤਲਬ ਕੰਟਰੀ ਦੇ ਵਿੱਚ ਆਪਾਂ ਐਕਸਪੋਰਟ ਕਰਦੇ ਆ ਗਏ ਇਹਨੂੰ ਜਿਹੜਾ ਪ੍ਰਾਈਸ ਆਫ ਟੀ ਹੈਗਾ ਉਹ ਵੈਲਿਊ ਹੁੰਦਾ ਮਤਲ ਕਿ ਉਹਦੇ ਵਿੱਚ ਕੌਨਸਟਿਟੂਐਂਟਸ ਪਾਏ ਗਏ ਇਨਗਰੀਡੀਐਂਟ ਕਿੱਦਾਂ ਲੱਗਿਆ ਉਹਦੇ ਅਕੋਰਡਿੰਗ ਵੈਰੀ ਕਰਦਾ ਰਹਿੰਦਾ ਆ ਗਿਆ ਚਾਹ ਦਾ ਪ੍ਰਾਈਸ ਆਪਾਂ ਖੁਦ ਦੇਖਦੇ ਆ ਗਿਆ ਕਿ ਵੀ ਆਹ ਵਾਲੀ ਕੰਪਨੀ ਦੀ ਚਾਹ ਬੜੀ ਮਹਿੰਗੀ ਆਉਂਦੀ ਹੈ ਲੋਕਲ ਕੰਪਨੀ ਦੀ ਚਾਹ ਇੰਨੇ ਦੀ ਆਉਂਦੀ ਹੈ ਤੋਂ ਆ ਸਾਰੀ ਪ੍ਰਾਈਸੇਸ ਡਿਪੈਂਡ ਕਿਤੇ ਕਰਦੇ ਆ ਉਹਦੇ ਅੰਦਰ ਜਿਹੜੇ ਕੌਨਸਟਿਟੂਐਂਟਸ ਅਗੇ ਇਨਗਰੀਡੀਐਂਟਸ ਆ ਗਏ ਆ ਉਹਦੇ ਉੱਤੇ ਡਿਪੈਂਡ ਕਰਦੀ ਗਏ ਸਾਰੀ ਚੀਜ਼ਾਂ ਦ ਟਰਮ ਬਾਇਓ ਡਾਈਵਰਸਿਟੀ ਰੈਫਰਸ ਟੂ ਵਟ बिल्कुल रास है हाँ जी दसो जी The term biodiversity refers to range of genetic variation within a population, total number of different species within a habitat, both A and B or none of the above. उन simple एक definition आ गई है देखिए कि भई the term biodiversity, biodiversity होने की है. C part both 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 the best tea which is produced in India is exported to London. Both A and B, yes जी. Both A and B वाला जो आंसर आ गया ये तो correct है क्या? Both A and B. the term biodiversity refers to the variety of life on the earth at all its level from genes to ecosystem and the ecological and evaluation evolutionary process that sustain it evolutionary process that sustain same hi gal lagi hai hun aa dasde han ji the layer of air around the earth is known as jehdi layer hai gi hai hmm. jehdi layer hai gi air around the earth is known as troposphere ozone ionosphere atmosphere Atmosphere. New recruitment announced yesterday. Earth is full of biode. Mandali College principal and lecturers. Okay. The layer of air around the Earth is known as atmosphere. Okay जी yes जी atmosphere वाला जोड़ा आंसर आ गया बिल्कुल करेक्ट रहूँगा आप रा atmosphere. He said the layer of Earth uh, the layer of air around the Earth is known as atmosphere. उस तो बाद एटमोसफेयर अंदर, चार लेयर अंदर, अंदर। मौन, जी चार लेयरस आती हैं वो कि ट्रोपोसफेयर हैगीटोसफेयर हैगी है मिजोसफेयर एंड आइनोसफेयर आ सारी चार लेयरस है जी अंदर आ जाती होंगी अगला देखते हैं जी गुड मॉन मॉर्निंग मोहित जी विद रेफरेंस टू रिमोट सेंसिंग टेक्नोलॉजी वट डज लिडार स्टैंड फॉर लिडार जो है लिडार का दे वर्त्या जाता है आप रडार पढ़ लेंगे पर वर्ड हैगा लिडार सी पार्टी क्वेश्चन मार्क ओके सी पार्ट लाइट डिटेक्शन एंड रेंजिंग अगले है लाइट डिस्ट्रैक्शन रिफलैक्शन लाइट डायरेक्शन एंड रिवॉल्विंग लाइट डायमें तो क्या आंसर आ रहा गुड मॉर्निंग

ਵੀਟ ਵੀ ਇਹ ਵਾਲਾ ਆਨਸਰ ਸਭ ਨੂੰ ਹੀ बार वीट ਠੀਕ या ਨਾ ਕਣਕ ਕਣਕ ही आना कणक कणकट हाँ ਵੀਟ ਵੀਟ वीट वीट ਬੀ बीह बी वीट, वीट. वीट, 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 वीट. ओके जी तो वीट वाले जो है वीट वाला बिल्कुल अपना आंसर करैक्ट है राबी क्रॉप अंडर आंदी है राबी क्रॉप हैगी जिम्मे की बारले हो गया मस्टर्ड हो गया अर्ली एज दे आर रेडी अर्ली इंडियन मार्केट आर द ग्रीन पीस फ्रॉम जनवरी टू मार्च इन फरवरी मैनी क्रॉप्स आर कल्टवेटेड बोथ खरीफ एंड रबी सीजन हूँ सारी सीजन के अकॉर्डिंग ही क्रॉप्स क्रॉप गए खरीफ सीजन अकॉर्डिंग रबी सीजन अकॉर्डिंग जी रबी क्रॉप आ गई अपने वेट वाली आ जाती है प्लस नाल नाल नारले वाली जी है मस्टर्ड वाली है सीसा पीस आ चार भी होगी रबी क्रॉप के अंदर ही आती है अपने अगला द मून इज एन एग्जाम्पल ऑफ डैश ऑब्जेक्ट बताओ जी मून इज एन एग्जाम्पल ऑफ विच ऑबजेक्ट मिलन दो हजार तई बायोन दस नंबर बुलेट कि ईयर तो 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 दो हज़ार अठारह बाई बिया ओके मोहम्मद जी सारे दिन लिख जाने हाँ जरा मिशन ऑफ असम गवर्नमेंट स्कीम मेरे ड्रॉप इज साइलेंस क्लॉप ओके बहुत बढ़िया ऐ दसो जी मून जो आ गया एक एग्जांपल है किस चीज़ की एग्जांपल है ट्रांसपेरेंट की ट्रांसलू ल्यूसेंट की नॉन लुमिनस की या लुमिनस की हूँ नॉन लुमिनस नॉन लुमिनस ओके

ਨਾਨ ਲੂਮਿਨਸ ਆਬਜੈਕਟ ਉਹ ਵਾਲੇ ਹੁੰਦੇ ਆ ਜਿਹੜੇ ਡੂ ਨਾਟ ਐਮਿਟ ਲਾਈਟ ਔਨ देयर ਓਨ ਜਿਨ੍ਹਾਂ ਦੀ ਖੁਦ ਦੀ ਲਾਈਟ ਨਹੀਂ ਹੁੰਦੀ ਨਾ ਉਹਨਾਂ ਨੂੰ ਆਪਾਂ ਨਾਨ ਲੂਮਿਨਸ ਆਬਜੈਕਟ ਕਹਿੰਨੇ ਹੈ ਗਿਆ ਮੂਹ ਜਿਹੜਾ ਨਾਨ ਲੂਮਿਨਸ ਆਬਜੈਕਟ ਹੈਗਾ ਉਹਨੂੰ ਕਿਉਂ ਕਿਹਾ ਜਾਂਦਾ ਕਿਉਂਕਿ ਇਹਦੀ ਖੁਦ ਦੀ ਲਾਈਟ ਨਹੀਂ ਹੈਗੀ ਤੇ ਇਹ ਕਿੱਦਾਂ ਗ로우 ਹੁੰਦਾ ਸਨ ਦੀ ਰੋਸ਼ਨੀ ਦੇ ਨਾਲ ਜਦੋਂ ਸਨ ਲਾਈਟ ਉਹਦੇ ਤੇ ਪੈਂਦੀ ਹੈਗੀ ਆ ਉਸ ਤਰੀਕੇ ਨਾਲ ਉਹ ਗਲੋ ਹੁੰਦਾ ਹੈ ਜਗਦਾ ਨਹੀਂ ਓਕੇ ਵਿਚ ਕੈਨ ਨਾਟ ਐਮਿਟ ਲਾਈਟ which of the following is not a जोवियन प्लैनेट, हुन जोवियन प्लैनेट किधर होएगा जी जोवियन, जोवियन प्लैनेट किधर होएगा? ऐसे तेरे पास थोड़े टाइम लगा सकते हैं जोवियन प्लैनेट के लिए उन तुक्का नहीं लगाना होगा, सैट्चुरन, अर्थ जुपिटर ते नेप्चुन, जोवियन प्लैनेट

ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂਗਾ ਅਗਲੀ ਸਲਾਈਡ ਦੇ ਵਿੱਚ ਮੈਂ ਸਾਰੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਤੁਹਾਡੇ ਲਈ ਇਹੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਕਿਉਂਕਿ ਕਲਾਸ ਦੇ ਬਾਅਦ ਤੁਹਾਨੂੰ ਪੀਡੀਐਫ ਮਿਲ ਜਾਊਗੀ ਇਹਦੀ ਬਿਲਕੁਲੀ ਕਲਾਸ ਖਤਮ ਹੋਣ ਦੇ ਸਾਰੀ ਮਿਲ ਜਾਇਆ ਕਰੋਗੇ ਇਹਦੀ ਪੀਡੀਐਫ ਤੁਸੀਂ ਉਹਦੇ ਵਿੱਚ ਵੀ ਪੜ ਸਕਦੇ ਹੋ ਬਟ ਐਟ ਲੀਸਟ ਥੋੜਾ ਜਿਹਾ ਆਪਾਂ ਲਿਖੀਏ ਤਾਂ ਸੀ ਚੈਟ ਦੇ ਵਿੱਚ ਕਿੰਨਾ ਕਾ ਹੈ ਕੀ ਹੁੰਦਾ ਆਊਟਰ ਪਲੈਨਟ ਜੋਵੀਅਰ ਜੁਪੀਟਰ 2 ਨੇਪਚੂਨ ਓਕੇ ਯੈਸ ਇਨਰ ਪਲੈਨਟਸ ਆਰ ਜੋਵੀਅਨ ਪਲੈਨਟ ਯੈਸ ਇਨਰ ਪਲੈਨਟਸ ਆਪਾਂ ਕਹਿੰਦੇ ਆ ਜਿਨ੍ਹਾਂ ਨੂੰ ਜੋਵੀਨ ਪਲੈਨਟ ਬੀ ਪਾਰਟ ਅਰਥ ਜਿਹੜਾ ਆ ਗਿਆ கரੈਕਟ ਆਨਸਰ ਆ ਗਿਆ ਪਲਾਂਟ ਮੇਨਲੀ ਰੀਸੀਵ देयर ਨਿਊਟਰੀਐਂਟ ਫਰੋਮ ਜਿਹੜੇ ਪਲਾਂਟਸ ਅਗੇ ਆ ਉਹ ਨਿਊਟਰੀਐਂਟ ਲੈਂਦੇ ਅਗੇ ਕਿੱਥੋਂ ਲੈਂਦੇ ਹੋਣਗੇ ਆਪਾਂ ਦੱਸਣਾ ਆ ਗਿਆ ਪਲਾਂਟਸ ਬੇਸਿਕਲੀ ਰੀਸੀਵ देयर ਨਿਊਟਰੀਐਂਟ ਫਰੋਮ ਪੈਸਟੀਸਾਈਡ ক্লোਰੋਫਿਲ ਸੋਇਲ ਯਾ ਸਨਲਾਈਟ ਇਹ ਵੀ ਬੜਾ ਸਿੰਪਲ ਆ ਗਿਆ ਸਾਰੇ ਦੇ ਸਾਰੇ ਨਿਊਟਰੀਐਂਟ ਜਿੰਨੇ ਵੀ ਅਗੇ ਸਾਡੇ ਇਹਦੇ ਵਿੱਚ ਪਾਏ ਜਾਂਦੇ ਅਗੇ ਆ ਉਤੋਂ ਦੀ ਹੀ ਪਲਾਂਟ ਲੈਂਦੇ ਅਗੇ ਤੇ ਪੂਰਾ ਇੱਕ ਮਤਲਬ ਫੂਡ ਆਪਣਾ ਫੂਡ ਬਣਾਉਂਦੇ ਅਗੇ ਹਰ ਇੱਕ ਚੀਜ਼ ਕਰਦੇ ਅਗੇ ਮਰਕਰੀ ਐਂਡ ਫਰਡੇ ਮਰਕਰੀ ਐਂਡ ਫਰਡੇ ਐਂਡ ਮਾਰਕਸ Hmm. soil 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 ਬਿਲਕੁਲ soil ਜਿਹੜਾ ਹੈਗਾ soil ਦੇ ਵਿੱਚ ਸਾਰੇ ਤਰੀਕੇ ਦੇ ਨਾਲ ਨਿਊਟਰੀਐਂਟਸ ਪਾਇਆ ਜਾਂਦੇ ਹੈਗੇ ਆ ਉਦੋਂ ਹੀ ਜਿਹੜੇ ਪਲਾਂਟਸ ਹੈਗੇ ਆ ਆਪਣੇ ਨਿਊਟਰੀਐਂਟਸ ਨੂੰ ਲੈਂਦਾ ਹੈਗਾ soil ਵਾਲਾ ਜਿਹੜਾ ਆਨਸਰ ਆਏਗਾ ਬਿਲਕੁਲ ਕਰੈਕਟ ਹੈਗਾ soil because soil contain all minerals minerals ਵੀ ਹੈਗੇ ਆ water ਵੀ ਹੈਗਾ ਉਹਦੇ ਵਿੱਚ soil ਦੇ ਵਿੱਚ humus ਵੀ ਹੁੰਦਾ ਤੇ ਸਮ ਯੂਸਫੁਲ ਮਾਈਕਰੋਬਸ ਹੁੰਦੇ ਆ

ਹੁਣ ਕੱਲ ਹੀ ਆਪਾਂ ਇੱਕ ਕੁਐਸਚਨ ਵੀ ਕੀਤਾ ਸੀਗਾ ਜਿਸਦਾ ਆਨਸਰ ਸੀਗਾ ਇੱਕ ਸਮਾਰੋ ਸੀਗਾ ਜਿਹੜਾ ਗੁਹਾਟੀ ਦੇ ਵਿੱਚ ਮਨਾਇਆ ਜਾਂਦਾ ਸੀਗਾ ਮੈਨੂੰ ਦੱਸੋ ਚੈਟ ਦੇ ਵਿੱਚ ਉਹ ਆਨਸਰ ਕੀ ਸੀਗਾ ਕਿਹੜਾ ਸਮਾਰੋ ਸੀਗਾ ਕਿ ਵੀ ਜਿਹੜਾ ਆਪਾਂ ਗਵਾਲੀਅਰ ਦੇ ਵਿੱਚ ਆਯੋਜਨ ਕੀਤਾ ਗਿਆ ਸੀਗਾ ਆਰਗੇਨਾਈਜ਼ ਕੀਤਾ ਗਿਆ ਸੀਗਾ ਗਵਾਲੀਅਰ ਦੇ ਵਿੱਚ ਔਰ ਗਵਾਲੀਅਰ ਹੈਗਾ ਐਮਪੀ ਦੇ ਵਿੱਚ ਆਪਾਂ ਇਸ ਸਾਲ ਵੀ ਮਨਾਇਆ ਹੈ ਉਹ ਕਿਹੜਾ ਸਮਾਰੋ ਹੋਗਾ ਅਕਬਰ ਅਕਬਰ ਓਕੇ ਅਕਬਰ ਸ਼ਹਿਰੀ ਰੰਦਾਬਾਦੀ ਅਕਬਰ ਜੀ ਤਾਨसेन ਮਹੋਤਸਬ ਓਕੇ ਯਸ ਜੀ ਤਾਂ ਇਹਨਾਂ ਦੇ ਨਾਮ ਦੇ ਉੱਤੇ ਹੀ ਸੀਗਾ ਤਾਨਸੇਨ ਮਹੋਤਸਬ ਜਿਹੜਾ ਆਪਾਂ ਪੜਿਆ ਕੱਲ ਦੀ ਕਲਾਸ ਦੇ ਵਿੱਚ ਹੀ ਪੜਿਆ ਸੀਗਾ ਮੈਂ ਨਾ ਅੱਜ ਅਗਲੀ ਕਲਾਸ ਦੇ ਵਿੱਚ ਅੱਧਾ ਦੀ ਚੀਜ਼ ਪਾਈ ਹੈ ਕੁਝ ਚੀਜ਼ ਆ ਪਿਛਲੀ ਕਲਾਸ ਦੀ ਆ ਵੀ ਮਤਲਬ ਆਪਾਂ ਰਿਵੀਜ਼ਨ ਵੀ ਨਾਲ-ਨਾਲ ਕਰਨੀ ਕਰਨੀ ਹੈ ਪਿਛਲੇ ਕਲਾਸਿਸ ਦੇ ਵਿੱਚ ਕਿਹੜੇ ਕੁਐਸਚਨਸ ਆਪਾਂ ਕੀਤੇ ਸੀਗੇ ਉਹਨਾਂ ਨੂੰ ਵੀ ਪੜਨਾ ਆ ਠੀਕ ਹੈ ਜੀ ਤੋ ਬਿਲਕੁਲ ਜੀ ਅਕਬਰ ਦੇ ਟਾਈਮ ਦੇ ਵਿੱਚ ਤਾਨਸੇਨ ਜਿਹੜਾ ਸੀਗਾ ਇੱਕ ਗ੍ਰੇਟ 뮤జిਸ਼ੀਅਨ ਸੀਗਾ ਉਹਨਾਂ ਦੇ ਦਰਬਾਰ ਦੇ ਵਿੱਚ ਰਬਿੰਦਰਨਾਥ ਟੈਗੋਰ ਇਹ ਕੁਸ਼ਨ ਬੜੇ ਘੱਟ ਨੂੰ ਆਂਦਾ ਹੋਏਗਾ ਇਹ ਵਾਲਾ ਆਨਸਰ ਬੜੇ ਘੱਟ ਨੂੰ ਆਂਦਾ ਹੋਏਗਾ ਕੁਸ਼ਨ ਆ ਗਿਆ ਰਬਿੰਦਰਨਾਥ ਟੈਗੋਰ ਦਾ ਜਨ ਗਣ ਮਨ ਹੈਜ਼ ਬੀਨ ਅਡਾਪਟਡ ਐਸ ਇੰਡੀਆਜ਼ ਨੈਸ਼ਨਲ ਐਂਥਮ ਸਾਨੂੰ ਪਤਾ ਹੈ ਇਹ ਚੀਜ਼ ਹਾਊ many stanzas of the said song were adopted ਕਿੰਨੇ ਸਟੈਂਜ਼ਸ ਮਤਲਬ ਕਿੰਨੇ ਪੈਰੇ ਆਪਾਂ ਲਿੱਤੇ ਗਏ ਜਨ ਗਣ ਮਨ ਦੇ ਉਸ ਜਿਹੜਾ ਐਂਥਮ ਦੇ ਕਿੰਨੇ ਪੈਰੇ ਲਿੱਤੇ ਗਏ ਐਂਥਮ ਦੇ ਵਿੱਚ ਡੋਨਟ ਮੈ ਲਗਵਾਲੀਆ ਹੂੰ ਜੁਡੇਜ਼ ਬਰਥਡੇ ਆਫ ਰਾਨੀ ਲਕਸ਼ਮੀ ओके okay. ये लगता है सवेरे सवेरे करंट अफेयर मुहम्मद जी सुन के ही आते फस्ट एंडस्ट एंड फिफ्थ ओनली फस्ट ओके आंसर मिक्स आ रहे हैं मैं हट जाना पीछे थर्ड एंड फोर्थ ओनली द फर्स्ट द होल सॉन्ग फर्स्ट एंड द बी पार्ट ओके ओनली द फर्स्ट स्टैंड होल सॉन्ग फर्स्ट एंड सैकेंड थर्ड एंड फोर्थ बड़े घटना आता है मैं क्या ना बहुत घटना आता है और काफी ज्यादा गलत गया है क्या आंसर आ रहे हैं देख लिए फर्स्ट एंड सेकंड नव जो भी कहते फर्स्ट एंड सेकंड चलो मैं दसदा हूँ कि भाई आंसर है बिल्कुल जी फर्स्ट एंड सैकंड जो है सिर्फ पहले दो ओनली द फर्स्ट ओनली द फर्स्ट फस्टें ही है जी आई थिंक दो हो गया फर्स्ट एंड सैकेंड है डी पार्ट आएगा इतने डी आएगा डी है डी है गया, मेरे तो बी लिखा गया दो पहले दो पैरे जगे है, है या फिर पहला, पहला, न, एक पैरे है दो या एक दो ना जो एक है गया, मेरे इत ओनली द फर्स्ट एनसा तो नहीं है मैं देख ल हाँ नहीं लिखा नहीं है फिर यही मान के चलो फस्ट एंड सैकंड वाला मान के चलो सैकेंड डी पार्ट ही मान के चलिए जी ही ही आएगा first and second ही आएगा जी right है बिल्कुल अगला देख दिया जी द मेन हैडक्वाज लोकेट हैडक्टर ऑफ साहित्य अकैडमी हूँ साहित्य अकैडमी का अवार्ड दसना गया, है वो है लोकेट है ਮੁੰਬਈ ਚੇਨਈ ਕੋਲਕਾਤਾ ਨਿਊ ਦਿੱਲੀ ਐਸ ਦਾ ਵੀ ਆਨਸਰ ਅਪਰੇਂਟ ਸਾਰੇ ਰੋਂਦਾ ਨਿਊ ਦਿੱਲੀ ਨਿਊ ਦਿੱਲੀ ਨਵੀਂ ਦਿੱਲੀ ਨਿਊ ਦਿੱਲੀ ਨਿਊ ਦਿੱਲੀ ਨਿਊ ਦਿੱਲੀ ਓਕੇ ਜੀ ਯਸ ਜੀ ਸਾਹਿਤਿਆ ਅਕੈਡਮੀ ਦਾ ਜਿਹੜਾ ਹੈੱਡਕੁਆਰਟਰ ਹੈਗਾ ਉਹ ਆਪਣੇ ਦਿੱਲੀ ਦੇ ਵਿੱਚ ਹੈਗਾ ਹੁਣ ਜਲਦੀ ਦੱਸੋ ਕਿ ਵੀ ਸਾਹਿਤਿਆ ਅਕੈਡਮੀ ਅਵਾਰਡ ਜਿਹੜਾ ਦਿੱਤਾ ਜਾਂਦਾ ਹੈ ਕਿਹਦੇ ਲਈ ਦਿੱਤਾ ਜਾਂਦਾ ਹੈ ਸਾਹਿਤਿਆ ਅਕੈਡਮੀ ਅਵਾਰਡ ਜਿਹੜਾ ਹੈਗਾ ਕਾਦੇ ਲਈ ਦਿੱਤਾ ਜਾਂਦਾ ਹੈ ਆ ਵੀ ਦੱਸੋ ਜੀ ਫਸਟ ਇਸ ਟੇਕਨ ਸਸਰੀ ਗਾਲ ਜੀ ਸਸਰੀ ਗਾਲ ਲਮਣੀ

ਇਕ ਹੈ ਯਾ ਰਾਜਸਥਾਨ ਵਾਲੀ ਤੇ ਇੱਕ ਹੈ ਯਾ ਅੰਗਰੇਜ਼ੀ ਭਾਸ਼ਾ ਲਿਟਰੇਚਰ ਦੇ ਵਿੱਚ ਬਿਲਕੁਲ ਸਾਹਿਤ ਅਕੈडमी ਅਵਾਰਡ ਦੇ ਲਈ ਮਤਲਬ ਸਾਹਿਤ ਅਕੈडमी ਅਵਾਰਡ ਕਹਾਦਾ ਹੁੰਦਾ ਲਿਟਰੇਚਰ ਦਾ ਹੁੰਦਾ ਫਾਊਂਡੇਡ ਔਨ ਹਾਂ ਕਦੋਂ ਹੈ ਫਾਊਂਡ ਹੋਇਆ ਸੀਗਾ 12 ਮਾਰਚ 1954 ਦੇ ਵਿੱਚ ਹੋਇਆ ਸੀਗਾ ਫਾਊਂਡੇਡ ਔਨ ਅਗਲਾ ਕਰਦੇ ਆ ਸੀ which classical dance of the following which classical dance sahit janmit both for the literature hanji which classical dance of the following is named after the village it was born from ਹੁਣ ਇਹ ਦੱਸੋ ਜਰਾ ਡਾਂਸ ਦੇ ਉੱਤੇ ਹੀ ਹੈਗਾ ਸਿੰਪਲ ਜਿਹਾ ਕੁਐਸਚਨ ਕਹਿੰਦੇ ਪਰ

ਕੁਚੀਪੂੜੀ ਇਹ ਆਕੇ ਕੁਚੀਪੂੜੀ ਜਿਹੜਾ ਆ ਗਿਆ ਉਹ ਆਨਸਰ ਬਿਲਕੁਲ ਕਰੈਕਟ ਹੈਗਾ ਜਿਹੜਾ ਮੋਹਿਨੀ ਆਟਮ Song ਮੋਹਿਨੀ ਆਟਮ ਹੈ ਨਾ ਮੋਹਿਨੀ ਇੱਕ ਤੁਸੀਂ ਸਮਝ ਲਓ ਲੇਡੀ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੀਗਾ ਇਹ ਵਲਾ ਇਹਦਾ ਡਾਂਸ ਮੋਹਿਨੀ ਨਾਮ ਦੇ ਉੱਤੇ ਠੀਕ ਹੈ ਜੀ ਮੋਹਿਨੀ ਦੇ ਉੱਤੇ ਰੱਖਿਆ ਗਿਆ ਸੀਗਾ ਕੁਚੀਪੂੜੀ ਜਿਹੜਾ ਸੀਗਾ گاਉਂ ਸੀਗਾ ਜਿਹਦੇ ਨਾਮ ਤੋਂ ਕੁਚੀਪੂੜੀ ਡਾਂਸ ਰੱਖਿਆ ਗਿਆ ਤਾਂ B ਪਾਰਟ ਇਹਦਾ ਆਨਸਰ ਬਿਲਕੁਲ ਕਰੈਕਟ ਹੈਗਾ ਬਾਕੀ ਇਨਫੋਰਮੇਸ਼ਨ ਦੇ ਵਿੱਚ ਮੈਂ ਦੱਸ ਦ ਇਹਦੇ ਚ ਇਨਫੋਰਮੇਸ਼ਨ ਹੀ ਭਾਈ ਮੈਂ ਕਮਾਲ ਹੈ

मोहिनी अट्टम कुचिपुड़ी कथकली ते भरतनाट्यम कित्थो कित्थो दे कड़ी कड़ी स्टेट दे आ भरतनाट्यम आया केरला कथकली के के आ गया जी ओके केरला दा आ गया कथकली तमिलनाडु आ गया भरतनाट तमिलनाडु भरतनाट्यम ओके कथकली केरला कुचिपुड़ी के ते मोहिनी अट्टम किधर दे आ भरतनाट्यम केरला कथक यूपी मोहिनी अट्टम केरला त्रिया आसाम अरे आसाम तक नहीं जाना आसाम तक नहीं जाना मैं आही चारो दस दो तक का आही चारो मोहिनी अट्टम किधर का है मोहिनी वाला लिखिए कि नहीं हाँ मोहिनी अट्टम क्या केरला ते कथक क्या नॉर्थ इंडिया का कथक कली केरला भरतनाट्यम तमिलनाडु मोहिनी अट्टम केरला कुचिपुड़ी आंध्र प्रदेश उड़ीसा उड़ीसा मणिपुर ओके ਮਤਲਬ ਬੜੇ ਆਨਸਰ ਮਿਕਸਡ ਆਂਦੇ ਆ ਐਦੇ ਤੇ ਵੀ ਮੈਨੂੰ ਲੱਗਦਾ ਇੱਕ ਕਲਾਸ ਲਗਾਣੀ ਪੈਣੀ ਹੈ ਇੰਡੀਅਨ ਦੇ ਡਾਂਸ ਫਾਰਮ ਦੇ ਉੱਤੇ ਡਾਂਸ ਫਾਰਮ ਕਲਚਰ ਦੇ ਉੱਤੇ ਇੱਕ ਕਲਾਸ ਮੈਨੂੰ ਲੱਗਦਾ ਐਦੇ ਤੇ ਲਗਾਣੀ ਪਵੇਗੀ ਜਿਹਦੇ ਚ ਆਪਾਂ ਸਾਰੀ ਸਾਰੀ ਡਾਂਸ ਸਾਰੇ ਸਾਰੇ ਉਹਨਾਂ ਦੇ ਜਿਹੜੇ ਮਿਊਜ਼ਿਕ ਹੁੰਦੇ ਆ ਮੇਨ ਜਿਹੜੇ ਬੰਦੇ ਗਏ ਕਿਹੜੇ ਕਿਹੜੇ ਬੰਦੇ ਇੰਪੋਰਟੈਂਟ ਪਰਸਨ ਜਿਹੜੇ ਸੀਗੇ ਉਸ ਫੀਲਡ ਦੇ ਨਾਲ ਰਿਲੇਟ ਕਰਦੇ ਸੀਗੇ ਦ ਕੋਰਟ ਲੈਂਗੁਏਜ ਆਫ ਦਾ ਮੁਗਲ ਵਾਸ हूँ मुगल के टाइम के जी कोर्ट लैंग्एजी उन्होंने लैंगुएजी के हिंदी परशियन उर्दू या अरेबिक्षियनशियन बी पार्ट कोई वरना कैंडी सिंह कैंडी सिंह जी गुरदासपुर तो फिर तो आ गए परशियन ओके यस जी परशियन यस जी परशियन वाला जो आंसर है बिल्कुल करैक्ट है परशियन लैंगुएजी वर्ती जाती कोट कोर्ट के मुगलों के कोर्ट केरती जा पोंगल फैसटिवल

ਪੋਂਗਲ ਫੈਸਟੀਵਲ ਕਿਹੜੀ ਸਟੇਟ ਦਾ ਹੈਗਾ ਔਰ ਇੱਕ ਕਾਦਲੀ ਮਨਾਇਆ ਜਾਂਦਾ ਥੋੜਾ ਜਿਹਾ ਮੈਨੂੰ ਦੱਸ ਦੇਣਾ ਇਹ ਹਾਰਵੈਸਟ ਦੇ ਲਈ ਮਨਾਇਆ ਜਾਂਦਾ ਹੈ ਹਾਰਵੈਸਟ ਫੈਸਟੀਵਲ ਹੈਗਾ ਉਸ ਜਗ੍ਹਾ ਦਾ ਮਤਲਬ ਜਿੱਦਾਂ ਸਾਡੇ ਵਿਸਾਖੀ ਹੁੰਦਾ ਹੈ April ਮਹੀਨੇ ਦੇ ਵਿੱਚ ਵਿਸਾਖੀ ਮਨਾਇਆ ਜਾਂਦਾ ਉਦਾਂ ਹੀ ਆਹ ਵਾਲੀ ਸਟੇਟ ਜਿਹੜੀ ਹੈ ਹਾਰਵੈਸਟ ਫੈਸਟੀਵਲ ਐਜ਼ ਅ ਕਨਸੀਡਰ ਕਰਦੇਗੇ ਪੋਂਗਲ ਨੂੰ ਕਿਹੜੀ ਸਟੇਟ ਹੈਗੀ ਆ ਤਾਂ ਮੇਨੂੰ ਲੱਡੂ ਓਕੇ ਤਾਮਿਲਨਾਡੂ ਆ ਗਿਆ ਸਟੇਟ ਓਕੇ ਜੀ ਤਾਮਿਲਨਾਡੂ ਆ ਗਈ ਸਟੇਟ ਜਿਹਦੀ ਚੇਨਈ ਵਗੈਰਾ ਕੈਪੀਟਲ ਹੈਗੀ ਆ ਉਧਰ ਦਾ ਆ ਗਿਆ ਪੋਂਗਲ ਫੈਸਟੀਵ ਪੋਂਗਲ ਮਨਾਇਆ ਕਿਨੇ ਦਿਨ ਜਾਂਦਾ ਆਪਾਂ ਪੋਂਗਲ ਮਨਾਉਨੇ ਆ 4 ਦਿਨ ਵਾਸਤੇ ਯਾਰੇ ਓਕੇ ਇਹ ਤਾਂ ਪਛੇਤਾਈ ਜਾਗਾ ਪੋਂਗਲ ਮਨਾਇਆ ਜਾਂਦਾ 4 ਦਿਨ ਵਾਸਤੇ ਐਚ ਪਹਿਲੇ 3 ਦਿਨ ਹੁੰਦੇ ਕਿਸੇ ਚੀਜ਼ ਲਈ ਤੇ ਇੱਕ ਚੌਥਾ ਦਿਨ ਹੁੰਦਾ ਕਿਸੇ ਚੀਜ਼ ਲਈ ਉਹ ਚੌਥਾ ਦਿਨ ਹੀ ਦੱਸਣਾ ਕਿਹਦੇ ਲਈ ਹੁੰਦਾ ਥਾਈ ਪੋਂਗਲ ਬੋਗੀ ਮੱਟੂ ਜਾਂ ਫਿਰ ਕਨੂ ਤੁਹਾਡੇ ਆਨਸਰ ਆ ਰਹੇ ਕਨੂ ਕਨੂ ਓਕੇ ਹਾਂ ਕੁਐਸਚਨ ਵੀ ਰਾਈਟ ਹੈਗਾ ਓਕੇ ਇਹ ਵੀ ਸਹੀ ਹੈ ਕੁਐਸਚਨ ਦੇ ਵਿੱਚ ਵੀ ਲਿਖਿਆ ਆ ਮੈਂ ਪੋਂਗਲ ਅੱਛਾ ਚਲੋ ਠੀਕ ਹੈ ਅਗਰ ਪੋਂਗਲ ਇਹਦੇ ਵਿੱਚ ਹੈਗਾ ਮਹਾਰਾਸ਼ਟਰ ਦੇ ਵਿੱਚ ਵੀ ਪੋਂਗਲ ਮਨਾਇਆ ਜਾਂਦਾ ਹੈ ਆਪਾਂ ਜਿਵੇਂ ਮੱਕਰ ਸ੍ਰਾਂਤੀ ਮਗਨਾਨੇ ਗਿਆ ਇਹ ਮੱਕਰ ਸ੍ਰਾਂਤੀ ਵਾਲੇ ਟਾਈਮ ਹੀ ਮਨਾਇਆ ਜਾਂਦਾ ਹੈ ਪੋਂਗਲ ਦੇ ਬਾਰੇ ਦੱਸ ਜਵਾ ਮਹਾਰਾਸ਼ਟਰ ਦੇ ਵਿੱਚ ਕਿਹੜੇ ਨਾਮ ਨਾਲ ਮਨਾਇਆ ਕਿੱਦਾਂ ਮਨਾਇਆ ਜਾਂਦਾ ਬੁੱਗੀ ਫੋਡੇ ਪੋਗਨਾਂਗਾ ਹੁੰਦੇ ਜੀ ਆ ਥੈਂਕ ਮੰਥ ਆਫ ਦਿਸ ਫੈਸਟੀਵਲ ਮੰਥ ਆਪਣਾ ਮੱਕਰ ਸ੍ਰਾਂਤੀ ਵਾਲਾ ਆ ਗਿਆ ਜੀ ਮੱਕਰ ਸ੍ਰਾਂਤੀ ਵਾਲਾ ਯਾਨੀ ਕਿ ਜਨਵਰੀ ਵਾਲਾ ਮਹਾਰਾਸ਼ਟਰ ਦੇ ਵਿੱਚ ਮਕਰ ਸੰਕ੍ਰਾਂਤੀ ਵੇਲੇ ਦਿਨ ਕਿਹੜਾ ਮਨਾਇਆ ਜਾਂਦਾ ਹੈ ਮਤਲਬ ਉਹਨੂੰ ਕੀ ਬੋਲਦੇ ਹੈਗੇ ਜਿੱਦਾਂ ਆਪਾਂ ਮਕਰ ਸੰਕ੍ਰਾਂਤੀ ਕਹਿ ਲੈਂਦੇ ਆ ਮਾਗੀ ਕਹਿ ਲੈਂਦੇ ਆ ਪੰਜਾਬ ਦੇ ਵਿੱਚ ਮਾਗੀ ਦੀ ਹੀ ਗੱਲ ਕਰ ਲੋ ਮਹਾਰਾਸ਼ਟra ਦੇ ਵਿੱਚ ਇਹਨੂੰ ਕੀ ਕਹਿੰਦੇ ਹੈਗੇ ਹਰ ਇੱਕ ਜਗ੍ਹਾ ਤੇ ਅਲੱਗ-ਅਲੱਗ ਫੈਸਟੀਵਲ ਹੁੰਦੇ ਆ ਗੂੜੀ ਪੁਰਬ ਹਾਂ ਗੂੜੀ ਪੁਰਬ ਇਹ ਕਿਹਾ ਜਾਂਦਾ ਹੈ ਮਹਾਰਾਸ਼ਟra ਦੇ ਵਿੱਚ ਜਿੱਥੇ ਗੁੜ ਗੁੜ ਬੋਲੇ ਕੁਛ ਐਤਾ ਦਾ ਵਰਡ ਬੋਲਦੇ ਹੈਗੇ ਗੂੜੀ ਪੁਰਬ ਯੇਸੀ ਤੇ ਇਸ ਦਾ ਜਿਹੜਾ ਆਨਸਰ ਆਊਗਾ ਹੁਣ ਆਪਾਂ ਇਹਦਾ ਆਨਸਰ ਵੀ ਕਰਦੇ ਨੇ ਆ ਆਨਸਰ ਜਿਹੜਾ ਆਊਗਾ ਕਨੂੰ ਪੋਂਗਲ ਆਊਗਾ ਜੀ ਜਿਹੜੇ ਪਹਿਲੇ 3 ਦਿਨ ਹੁੰਦੇ ਆ ਆਵਲਾ ਹੁੰਦੇ ਆ ਔਰ ਚੌਥਾ ਦਿਨ ਹੁੰਦਾ ਜਿਹੜਾ ਕਨਮ ਪੋਂਗਲ ਹੁੰਦਾ ਜੀ ਦ 3 ਡੇਸ ਆਫ ਦਾ ਪੋਂਗਲ ਫੈਸਟੀਵਲ ਆਰ ਕਾਲਡ ਬੋਗੀ ਪੋਂਗਲ ਸੂਰਿਆ ਪੋਂਗਲ ਐਂਡ ਮੱਟੂ ਪੋਂਗਲ ਸਬ ਕ ਟਾਮਿਲਸ ਸੈਲੀਬ੍ਰੇਟ ਫੋਰ ਡੇ ਕੁਝ ਹੀ ਕਰਦੇਗੇ ਟਾਮਿਲ ਕੁਝ ਤਾਮਿਲ ਵਾਲੇ ਹੀ ਕਰਦੇਗੇ ਚੌਥੇ ਦਿਨ ਮਨਾਉਂਦੇ ਜਿਹਨੂੰ ਆਪਾਂ ਕਨਮ ਪੋਂਗਲ ਕਹਿੰਦੇ ਆ ਹਾਰਵੈਸਟ ਫੈਸਟੀਵਲ ਹੁੰਦਾ ਐ ਇੰਡੀਆ ਦਾ ਤੇ ਸ਼੍ਰੀਲੰਕਾ ਦਾ ਮਤਲਬ ਸਾਊਥ ਇੰਡੀਆ ਦਾ ਤੇ ਸ਼੍ਰੀਲੰਕਾ ਦਾ ਤੇ ਕਿਨੂੰ ਡੈਡੀਕੇਟ ਕੀਤਾ ਜਾਂਦਾ ਇਟ ਇਜ਼ ਡੈਡੀਕੇਟਡ ਟੂ ਦਾ ਸਨ ਗॉड ਸੂਰਜ ਐਂਡ ਕੋਰਸਪੋਂਡ ਟੂ ਦਾ ਮੱਕਰ ਸਗਰਾਂਤੀ ਮਤਲਬ ਮੱਕਰ ਸਗਰਾਂਤੀ ਵੇਲੇ ਟਾਈਮ ਤੇ ਆਉਂਦਾ ਹੋਗਾ ਦਾ ਹਾਰਵੈਸਟ ਫੈਸਟੀਵਲ ਅੰਡਰ ਮੈਨੀ ਰੀਜਨਲ ਨੇਮਸ ਸੈਲੀਬ੍ਰੇਟਿਡ ਥਰੋਅਆਊਟ ਇੰਡੀਆ ਮਤਲਬ ਜਿਹੜਾ ਆਪਾਂ ਹਾਰਵੈਸਟ ਫੈਸਟੀਵਲ ਮਨਾਨੇ ਆ ਜਾਂ ਮਾਗੀ ਉਹਨੇ ਇਹ ਕਿਹਾ ਕਿ ਵੀ ਜਿਹੜਾ ਇਸ ਟਾਈਮ ਦੇ ਉੱਤੇ ਕਾਫੀ ਜਗ੍ਹਾ ਦੇ ਉੱਤੇ ਇੰਡੀਆ ਦੇ ਕਾਫੀ ਸਟੇਟ ਦੇ ਵਿੱਚ ਡਿਫਰੈਂਟ ਡਿਫਰੈਂਟ ਨਾਮ ਦੇ ਨਾਲ ਨਾਲ ਤਿਉਹਾਰ ਮਨਾਏ ਜਾਂਦੇ ਗਏ ਗੂੜੀ ਪਰਵ ਵਿਚ ਕਲਾਸਿਕਲ ਡਾਂਸਿਸ ਫੇਮਸ ਇਨ ਤਾਮਿਲਨਾਡੂ ਹੁਣ ਆ ਗਿਆ ਤੁਹਾਡਾ ਕੁਸ਼ਰ ਕਿ ਵੀ ਕਿਹੜਾ ਡਾਂਸ ਹੈ

ਭਰਤਨਾਟ్యం ਓਕੇ ਜੀ ਚਲੋ ਦੇਖਦੇ ਆਂ ਜੀ ਸੀ ਪਾਰਟ ਬਿਲਕੁਲ ਜੀ ਹੁਣ ਇਹ ਲਿਖ ਲੈਣਾ ਕਾਪੀ ਦੇ ਵਿੱਚ ਲਿਖ ਲੈਣਾ ਡਾਂਸ ਆਮ ਜਨੇ ਵੀ ਗਿਆ ਤਾਮਿਲਨਾਡੂ ਦਾ ਆ ਗਿਆ ਟੀ ਐਮ ਦਾ ਜਿਹੜਾ ਆ ਗਿਆ ਉਹ ਆਪਣਾ ਆ ਗਿਆ ਭਰਤਨਾਟ్యం ਭਰਤਨਾਟ్యం ਇਹ ਆ ਗਿਆ ਆਪਣੇ ਤਾਮਿਲਨਾਡੂ ਦਾ ਕੁਚੀਪੂੜੀ ਕਥਕਲੀ ਮੋਹਿਨੀਅਟਮ ਹੁਣ ਦੁਬਾਰਾ ਤੋਂ ਲਿਖਣ ਦੀ ਲੋੜ ਨਹੀਂ ਹੈ ਮੈਂ ਤੁਹਾਨੂੰ ਇੱਥੇ ਚ ਦਿਖਾ ਦੇਣਾ ਸ਼ਾਇਦ ਮੈਂ ਲਿਖਿਆ ਹੋਇਆ ਹੈਗਾ ਦੇ ਵਿੱਚ ਸਾਰੀ ਸਲਾਈਡ ਦੇ ਵਿੱਚ ਜਿਹੜਾ ਕੁਚੀਪੂੜੀ ਹੈਗਾ ਕੁਚੀਪੂੜੀ ਜਿਹੜਾ ਹੈਗਾ ਉਹ ਕਲਾਸਿਕਲ ਫਾਰਮ ਕਿੱਧਰ ਦਾ ਹੈਗਾ ਆਂਧਰਾ ਪ੍ਰਦੇਸ਼ ਦਾ ਆ ਏਪੀ ਦਾ ਆ ਗਿਆ ਠੀਕ ਹੈ ਜੀ ਲਿਖ ਲਓ ਕਾਪੀ ਦੇ ਉੱਤੇ ਆਂਧਰਾ ਪ੍ਰਦੇਸ਼ ਦਾ ਜਿਹੜਾ ਫੈਸਟੀਵਲ ਹੈਗਾ ਜਿਹੜਾ ਡਾਂਸ ਫਾਰਮ ਹੈਗਾ ਉਹ ਹੋ ਗਿਆ ਆਪਣਾ ਕੁਚੀਪੂੜੀ ਮੋहिनी ਆਟਮ ਕਿੱਥੋਂ ਦਾ ਹੈਗਾ ਮਲਿਆਲਮ ਦਾ ਹੈਗਾ ਮਲਿਆਲਮ ਬਲੇ ਦਾ ਹੈਗਾ पॉपुलर मतलब केरला वगैरह च है तो दूजा भी जोड़ा है कथकली भी मलयालम मल्याल है यानी कि केरला का है दोनों डांस जो है कथकली मोहिनी आइटम आ दोनों डांस फॉर्म जो है केरला के है और जो कुचीपुड़ी वो अपने आंध्र प्रदेश का भारतनाट्यम आ गया तमिलनाडु का विच ऑफ द फॉलोइंग वॉज बैंड बाय सुप्रीम कोर्ट ऑफ इंडिया इन 2024? चौदह सॉरी चौदह दो हजार चौदह कि चीज बैन कर दिखती गई थी के के सुप्रीम कोर्ट के वालों जल्दी कट्टू ओके सी पार्ट जल्दी कट्टू जल्दी कट्टू जल्दी कट्टू हम जलीकू बी पार्टिकॉक्सिंग जीसर है जी, जली कट्टू ही है जलीकट्टू रिसेंटली फिल्म भी देखी होगी किसी ने अगर जो एमेजॉन के उम्म जली कट्टू जलीकट्टू फिल्म भी देख सकते हो तुम्हें जली कट्टू जगा बैन कर दिया गया है सुप्रम कोर्ट के वालों क्योंकि ए बहुत ही ना ਰਿਸਕ ਫੈਕਟਰ ਸੀਗਾ ਲੋਕਾਂ ਨੂੰ ਮਤਲਬ ਲੋਕਾਂ ਦੇ ਪਿੱਛੇ ਸਾਣਡ ਪਵਾ ਦਿੱਤੇ ਜਾਂਦੇ ਸੀਗੇ ਤੇ ਸਾਣ ਦੇ ਸਿੰਘਾਂ ਦੇ ਉੱਤੇ ਕੁਝ ਪਾਇਆ ਜਾਂਦਾ ਸੀਗਾ ਜਿਹਨੂੰ ਉਹਨਾਂ ਨੇ ਬੰਦਿਆਂ ਨੇ ਕੱਟਣਾ ਹੁੰਦਾ ਸੀਗਾ ਜਿਹੜਾ ਕੱਢ ਲੈਂਦਾ ਸੀਗਾ ਉਹ ਰਿਵਾਰਡ ਮਿਲ ਜਾਂਦਾ ਸੀਗਾ ਉਹਨੂੰ ਤੇ ਗੇਮ ਜਿਹੜੀ ਸੀਗੀ ਬੜੀ ਹੀ ਖਤਰਨਾਕ ਗੇਮ ਸੀਗੀ ਇਸ ਕਰਕੇ ਸੁਪਰੀਮ ਕੋਰਟ ਨੇ ਕੀ ਕਰ ਦਿੱਤਾ ਆ ਗਿਆ ਇਸ ਗੇਮ ਨੂੰ ਬੈਨ ਹੀ ਕਰ ਦਿੱਤਾ ਹੋਇਆ ਲੋਕੀ ਉਧਰ ਦੇ ਐਜ਼ ਅ ਕਲਚਰ ਐਜ਼ ਅ ਗੇਮ ਖੇលਦੇ ਆ ਗਏ ਤਾਮਿਲਨਾਡੂ ਵਾਲੇ ਬਟ ਇਹ ਚੀਜ਼ ਇੱਕ ਹਾਨੀਕਾਰਕ ਵੀ ਹੈਗੀ ਹੈ ਜੀ ਜਲਦੀ ਕਟੋ 2021 ਦਸੰਬਰ ਬੈਨ ਅੰਦਰ ਮਜੁੰਡੀਆਂ ਰਾਣੀ ਓਕੇ ਜੀ ਮਤਲਬ ਮੈਂ ਤਾਂ 2014 ਦੀ ਗੱਲ ਹੀ ਕੀਤੀ ਸੀ ਕਰਕੇ 2014 ਦੀ ਗੱਲ ਕੀਤੀ ਹੈ ਇਹਦੇ ਵਿੱਚ ਇਹ ਚੀਜ਼ ਹੋਈ ਸੀਗੀ ਜੱਲੀ ਕਟੂ ਸੀਗਾ ਆ ਦੇਖੋ ਜੱਲੀ ਕਟੂ ਦੇ ਵਿੱਚ ਇਸ ਤਰੀਕੇ ਦੀ ਕੋਈ ਫਿਗਰ ਬਣਾਈ ਹੋਈ ਹੈ ਮਤਲਬ ਇਮੇਜ ਹੈਗੀ ਹੈ ਇਹਦੇ ਵਿੱਚ ਬੰਦਾ ਹੈਗਾ ਉਹਦੇ ਵਿੱਚ ਵੱਜ ਰਿਹਾ ਦੇਖੋ ਐਡਾ ਇਹ ਦੇਖੋ ਇਹਦੇ ਵਿੱਚ ਸਿੰਘ ਹੈਗੇ ਸਿੰਘ ਦੇ ਉੱਤੇ ਕੁਝ ਚੀਜ਼ ਹੈਗੀ ਹੈ ਉਹਨੂੰ ਉਹ ਬੰਦੇ ਨੇ ਕੱਢਣ ਲੱਗ ਗਏ ਕਾਫੀ ਬੰਦੇ ਇਹਦੇ ਪਿੱਛੇ ਲੱਗਦੇ ਗਏ मेजरिटी राइट डे 18 दिसंबर हुँदा कि ये जलीकटू जड़ागा ट्रेडिशनल इवेंट है एक आपा इवेंट कह सकदेया सच एज पुली पुली और कंगेम ब्रेड्स इज रिलीज्ड इनटू क्राउड ऑफ पीपल मतलब क्राउड ऑफ पीपल ਦੇ ਵਿੱਚ ਛੱਡ ਦਿੱਤੇ ਜਾਂਦੇ ਐ ਤੇ ਮਲਟੀਪਲ ਹਿਊਮਨ ਪਾਰਟਿਸਪੀਟ ਬਹੁਤ ਜ਼ਿਆਦਾ ਬੰਦੇ ਪਾਰਟਿਸਪੀਟ ਕਰਦੇ ਆ अटेम्प्ट ਕਰਦੇ ਆ ਕਿ ਵੀ ਉਹਦੇ ਹੰਪ ਦੇ ਉੱਤੋਂ ਕੁਝ ਨਾ ਕੁਝ ਕੱਢਣੇ ਦਾ द बुल अटेम्प्ट टू एस्केप ਤੇ ਬੁੱਲ ਜਿਹੜਾ ਆਗਾ ਬੁੱਲ ਕੰਮ ਕਰਦਾ ਹੈਗਾ ਪਜਰੇ ਦਾ ਤੇ ਬੁੱਲ ਕੰਮ ਕਰੇਗਾ ਪਜਨੇ ਦਾ

लेस देन द सुनीता सुनीता कैन फिनिश दिस वर्क इन हाउ मैनी डेज दसो जी एक क्वांट का क्वेश्चन भी आ गया क्लास टाइम एंड वर्क बेस्ड है वुल ऑफ शेयर मार्केट जिन जुन वाला जी जेड़े हुने भी एक्सपायर हो गए हुने ही एक्सपायर हुए राम जो है ट्वाइस एज एफिशिएंट एज सुनीता एफिशिएंट मतलब कि भी वो दोगुने स्पीड नाल कम कर दूगा ठीक है जी दोगुनी स्पीड काम कर दूगा तो जी सुनीता हैगी थोड़ा घट कम कर दी स्लो स्पीड कर दी है उस गया कैन फि कैन फिनिश अन सुनीता जरा राम है पच्ची दिन कट लगा पच्ची दिन कट लगाऊगा उस तो बाद can, uh, can a a सुनीता किने तो दम करूगी तो सुनीता किन्ने दिन कम करूगी बहुत ही ज्यादा सिंपल है टाइम बना के अपना सोल्व कर देने सबनों की भी मन लो कि भी जो हमूक्स टाइम लग रहा माइनस एक्स कर दिए तो है टाइम द बारे गल कर टाइम के बारे एनू डबल टाइम लगेगा लगे लगे ना जो एफिशियंसी सुनीता की उसको घट्टी है जो एफिशियंसी राम की डबल हैगी है तो टाइम जरा लगेगा सुनीता ज्यादा लगेगा डबल लगेगा टू एक्स माइनस एक्स ए टाइम की क्वेश्चन आई तो इज इक्वल टू कि आ गया ट्वेंटी फाइव क्योंकि पच्ची दिन का गैप है ना पच्ची दिन पहले कर लगा पच्ची दिन कट्ट लगा जो अपना राम है आ गया एक्स इज इक्वल टू ट्वेंटी एक्स दैल्यू आ गई ट्वेंटी फाइव यानी कि एक्सु दिन लगन गए पच्ची दिन लगन गए हूँ करना की है आप निकालना है सुनीता के वर्ग सुनीता किने टाइम कर दी है देखो जी राम पच्ची दिन दे काम खत्म कर देता है तो सुनीता किन्ने करती है सुनीता का टाइम पीरियड ही था टू एक्स तो उधरों आ गया टू इन टू ट्वेंटी फाइव दैट इज फिफ्टी तो फिफ्टी अपना आंसर जरा रहेगा करैक्ट है फिफ्टी डे सी पार्ट करेक्ट आई बहुत ही सिंपल तरीकेशन सोल्व करके देता जस्ट इक्वेन बना के को एर कोई चीज नहीं वर्ती है कोई एलसीएम लैन की लड़ नहीं पी अगला देखो जी आवला देखो एव टाइम एंड वर्क बेस्ड क्वेश्चन है मैं कर देना पीस ऑफ वर्क इन सिक्सटीन डेज ए जो है सोलह दिनों काम करता है। बी जोड़ा है बारह दिन काम कर दिया विद द हेल्प ऑफ सी फिनिश द वर्क इन सिक्स डेज विद द हेल्प ऑफ सी

सौख फोर्टी एट फोर्टी एट चलो जी देखते हैं जी के नाम आता आपे करेंगे एलसीयम ले लागे ले लेता गया अड़तालीयम आ गया शायद अड़ताली आ जाऊँगा चौबीस नहीं हाँ अड़ताली ठीक है अड़ताली वाला जलसीयम आ गया अड़ताली जो एलसीयम आ गया इस बात आप निकालेंगे एफिशियंसी एफिशियंसी निकलता है सोलह नीन एनू कर गया ठीक है जी

अगर एन्ना दी एफिशिएंसी 3 है प्लस 4 है मेरे को सी दी एफिशिएंसी निकल जाएगी सी मेरे को आ गया 1 दी एफिशिएंसी ਦੇ ਨਾਲ ਜੇ ਸੀ ਮੇਰਾ 1 दी एफिशिएंसी ਦੇ ਨਾਲ ਹੈਗਾ نکال ਲਈ ਵੀ ਇਹੀ ਕਿਹਾ ਗਿਆ ਸੀਗਾ ਕਿ ਵੀ ਸੀ ਕਿੰਨਾ ਟਾਈਮ ਲਗਾਊਗਾ ਆ ਜਿਹੜਾ ਸੀਗਾ एलसीएम ਇਹ ਹੁੰਦਾ ਕੀ ਹੈ ਇਹ ਟੋਟਲ ਯੂਨਿਟ ਆਫ ਵਰਕ ਹੁੰਦਾ ਹੈ ਟੋਟਲ ਕੰਮ ਤੇ ਜੇ ਟਾਈਮ ਨਿਕਾਲਣਾ ਹੋਵੇ ਟਾਈਮ ਨਿਕਾਲਣ ਦਾ ਫਾਰਮੂਲਾ ਆਫ ਦਾ ਵਰਕ ਅਪਨ एफिशिएंसी ਤਾਂ ਵਰਕ ਕਿੰਨੇ ਦਾ ਹੈਗਾ 48 ਦਾ ਸੀ ਦੀ एफिशिएंसी ਕਿੰਨੇ ਦੀ ਹੈਗੀ ਹੈ 1 ਦੀ

इन्हना चो कि नंबर ऑड प्राइम नंबर है ज्यादा बताऊंगा भी नहीं क्योंकि ये आंदा आएगा मतलब आते बहुत सारे है बट ज्यादा ही वन गुड वन कि आजुगा जी नवी जी वन कितों आजुगा वन ਇਸ ਨਾਟ ਅ ਪ੍ਰਾਈਮ ਨੰਬਰ 1 ਤਾਂ ਪ੍ਰਾਈਮ ਨੰਬਰ ਹੁੰਦਾ ਹੀ ਨਹੀਂ ਕਦੇ ਆਪਣੇ ਪ੍ਰਾਈਮ ਨੰਬਰ ਜਿਹੜੇ ਹੁੰਦੇ ਦੋ ਦੋ ਸਟਾਰਟ ਹੁੰਦੇ ਆ ਦੋ ਇਕਲੌਤਾ ਨੰਬਰ ਹੈਗਾ ਜਿਹੜਾ ਈਵਨ ਪ੍ਰਾਈਮ ਦੇ ਵਿੱਚ ਆਉਂਦਾ ਬਾਕੀ ਸਾਰੇ ਜਿਹੜੇ ਨੰਬਰ ਹੈਗੇ ਆ ਆਡ ਗਏ ਤੇ ਉਹਨੇ ਪੁੱਛਿਆ ਆਪਣਾ ਆਡ ਪ੍ਰਾਈਮ ਨੰਬਰ ਤਾਂ 3 ਆਨਸਰ ਆ ਗਿਆ ਆਏਗਾ ਜੀ கரੈਕਟ 3 ਵਾਲਾ ਜਿਹੜਾ ਆ ਗਿਆ ਉਹ கரੈਕਟ ਹੈਗਾ ਬਾਕੀ ਦੇ ਨਹੀਂ ਹੁੰਦੇ ਅੱਛਾ ਸਮਾਲੈਸਟ ਕੰਪੋਜ਼ਿਟ ਨੰਬਰ ਕਿਹੜਾ ਹੁੰਦਾ ਬਤਾਨਾ ਜ਼ਰਾ ਜਲਦੀ ਸਮਾਲੈਸਟ कंपोजिट नंबर कितना केड़ा होता स्मॉलेस्ट कंपोजिट नंबर लिखो जी चार से कितना होता है हां पांचवी वैसे होएगा बट अगर इतने एक चीज मिसता नहीं करते विच ऑफ द फॉलोइंग इज अन स्मॉलेस्ट लिखना चाहिए यार स्मॉलेस्ट आना चाहिए स्मॉलेस्ट ऑड प्राइम नंबर हाँ स्मॉलेस्ट प्राइम नंबर आ हुआ थे ऑड प्राइम नंबर समॉल लगता मेरे को लिख लिया नहीं गया भी तो ही है एक दो तीन पत्त उस तो तेरह सतारा बहुत ज्यादा तेई बहुत होंगे है फर्स्ट ऑड प्राइम नंबर तीन भी हाँ फस्ट भी बोलिया गया क्या इज एन ऑड प्राइम नंबर हाँ पहला इतना आई थिंक पहला भी नहीं वर्ड यूज किया गया विच ऑफ द फॉलोइंग इज एन ऑड प्राइम नंबर क्या है ना समॉल कह लो यही हो

फर्स्ट टेन परफेक्ट क्यूब मैं तीन चार क्वेश्चन ही डाले सिर्फ क्वांट मैं के थोड़ी बहुत ही क्वांट भी करनी चाहिए है। ते, मतलब है कि भी चीजना आंसर दसोगे इसका आंसर की आता है हूँ एदसर करने थोड़ी ना कर बैठा ए फॉर्मुला होंगे जिम्मे अपने को फॉर्मुला होंगे वन प्लस टू प्लस थ्री Plus, dot, 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 n ਤੱਕ ਅਗਰ ਜੇ ਕਰਨਾ ਹੋਵੇ ਤਾਂ ਉਹਦਾ ਫਾਰਮੂਲਾ ਹੁੰਦਾ n n 1 2 ਆਹ ਵਲਾ ਸਾਡੇ ਕੋਲ ਫਾਰਮੂਲਾ ਹੁੰਦਾ ਹੈ n n 1 2 ਤੇ ਉਵੇਂ ਹੀ ਕਯੂਬ ਦੇ ਲਈ ਵੀ ਡਿੱਟੋ ਸੇਮ ਫਾਰਮੂਲਾ ਹੁੰਦਾ ਬਸ ਉਹਦੇ ਵਿੱਚ ਕੀ ਆ ਜਾਂਦਾ ਸਕੁਅਰ ਆ ਜਾਂਦਾ ਮਤਲਬ ਅਗਰ ਜੇ ਸਾਡੇ ਕੋਲ ਐਵੀਂ ਟਰਮ ਆ ਰਹੀ ਹੈ ਉਹਦੇ ਵਿੱਚ ਜਿਹੜਾ ਫਾਰਮੂਲਾ ਹੁੰਦਾ 1³ 2³ n³ ਉਹਦੇ ਵਿੱਚ ਜਿਹੜਾ ਕਨਸੈਪਟ ਲੱਗਦਾ ਆਨਸਰ ਤਾਂ ਨਹੀਂ ਆਇਆ ਨਹੀਂ ਹਲੇ ਨਹੀਂ ਆਇਆ n³ ਉਹਦਾ ਜਿਹੜਾ ਫਾਰਮੂਲਾ ਹੁੰਦਾ n (n 1) होल होल स्क्वायर स्क्वायर साइड को आंसर क्या आएगा हजार या पची मैं लिख के देता ना फॉर्मुला एन एन प्लस वन बाय टू स्क्वायर भी कर दिया क्यूबे बिना क्यूब तो जे सिंगल पावर हो जो समर्मस की तोड़ ही भी आ दे नहीं है कभी रह जाओगे ओके तो इधर okay, तो आंसर आ जाएगा देखो एन की वैल्यू रखनी है जो तो एन लास्ट टर्म होंगी जितों तक आप लिखते है क्यूब और आता है जिम्मे इतने एन की वैल्यू कि आ गई टेन आ गई तो आप इतना टेन रख देंगे तो फॉर्मुले टेन एन टू 10 1 2, उस होल देती, देती, द, दो दस कटिया गया अपना पाँच इंटू ग्यारह आ गया इंटू ग्यारह आ गया उसका आप कर देना स्कोयर हूँ पचवंजा आ गया देखो शॉर्टकट लेना भी सीखो पचवंजा आ गया पचवंजा के पचवंजा 55 55, 55, 55, 6, आ, आ 55 55 ਇਹਦਾ ਸਕੁਅਰ ਕਰਨਾ ਆ ਗਿਆ ਬੜਾ ਹੀ ਸਿੰਪਲ ਸ਼ਾਰਟਕਟ ਹੁੰਦਾ ਹੈ ਕਿ ਵੀ ਜਦੋਂ ਸਾਡੇ ਕੋਲ ਐਵੇਂ ਦੇ ਨੰਬਰ ਆ ਜਾਣ 55 ਤੇ 55 ਪਿੱਛੇ ਲਿਖ ਦੋ 25 ਪਿੱਛੇ ਲਿਖ ਦਵੋ 25 ਤੇ 5 ਤੋਂ ਅਗਲਾ ਨੰਬਰ 5 ਤੋਂ ਅਗਲਾ ਨੰਬਰ ਕਿਹੜਾ ਹੁੰਦਾ 6 5 6 ਕਰ ਦੋ 5 6 ਕਰਿਆ ਉਹ ਕਿੰਨਾ ਆ ਗਿਆ 30 ਤੋਂ ਇਸ ਤਰੀਕੇ ਨਾਲ ਆਪਾਂ ਸਕੁਅਰ ਫਾਈਂਡ ਕਰ ਲਈਦਾ ਇਸ ਤਰੀਕੇ ਨਾਲ ਆਪਾਂ ਸਕੁਅਰ ਫਾਈਂਡ ਕਰ ਲਈਦਾ ਜਦੋਂ ਸਾਡੇ ਕੋਲ ਐਦਾਂ ਦੇ ਨੰਬਰ ਆਣ 55 55 ਹੁਣ ਜੇ ਮੈਨੂੰ 45 45 ਦਾ ਲਿਖਣਾ ਹੋਵੇ 45 45 ਦਾ ਕਿਵੇਂ ਆਊਗਾ इतने लिख लिख दिता जाऊगा पच्ची और चार तो जो अगला नंबर होगा चार तो अगला नंबर आ गया पांच चार इंटू पांच कर देंगे और आंसर आजगा बी तो यह होंगे ट्रिक होंगी है स्कूर फाइंड करने की ट्वेंटी ट्वेंटी फाइव मैं दसना की आंसर आएगा इन्ना समझ के होवोगे मैं आंसर दसो की आऊगा पैंट ते पैन एक्वेर बताना जरा पैन तैन का जल्दी लिखो पैंट पैठ का स्क्वयर की आऊगा पैंट पैंट का स्कोयर किया होगा जी सही के सारे मैं लगता है गल समझ ही होगी पैंट पैंट के स्क्र की गल की होगी बयाली सौ पच्ची गुड मॉर्निंग संदीप सिंह जी बयालीस सौ पच्ची बिल्कुल जी बयाली सौ पच्ची चलो एक चलो एक एवें किता ना एक चीज़ होर से कराने चलो पैंती पच्ची पैंती पच्ची नहीं अगला नंबर अगला नंबर करना है तो छः है छे इंटू सत्त करा छे इन सत्त बयाली होंगे ठीक है जी चलो एक होर दसो मैं चीज़ जे मैं की गल करा कि एदा किया चलो, एदा एदा बत्तर किया थोड़ा हूं जो आप खुले आया कर लेने बत् पच्ची का अंडर उठी आना चाहिए बहत्तर पच्ची का अंडर रूट लिखिए इस तु तो बाद अगला समय सोखे वाला आऊगा पचासी ओके, पचासी आया सुख जी का बाकी की कहें हाँ पचासी 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 ही आएगा देख लो किन्ना कि बड़ा सिंपल है पिछले जो पच्ची लिखया गया दैट मीनस अपने यूनिट डिजिटल आना ही आना है ठीक है मैं पं लिख देता, हूँ बहत्तर लिखा गया बहत्तर के केो कंजेक्टिव नंबर मल्टीप्लाई करके मिलता है नंबर मतलब किता है वो ही पांच दे नाल लग जाएगा, पचासी आंसर आ जाएगा थी, जी ठीक है जी अंडरुट लैंड दे लिए, जो अपने को आ जा सैकड़ क्लास हैगी है नौ तीहेंड क्लास की साढ़े नौ बजे आपको दूजी कलास ही लगा क्लास जिनी देर तक हाल खत्म नहीं होंगी उन्नी देर तक ਉਹ ਕਲਾਸ ਚੱਲਦੀ ਰਹੇਗੀ 9:30 ਵਜੇ ਆਪਾਂ ਦੂਜੀ ਕਲਾਸ ਵੀ ਲਗਾਵਾਂਗੇ what is the difference between the greatest five digit number and the smallest five digit number ਇਹਦਾ ਆਨਸਰ ਦੱਸਿਓ ਜੀ ਸਾਡੇ ਦਾ ਦਕਸ਼ਤ ਸੰਦੇ ਜਿਨ੍ਹਾਂ ਨੂੰ ਕਾਉਂਟ ਦੇ ਵਿੱਚ ਦਿੱਕਤ ਵੀ ਆਂਦੀ ਹੈ ਉਹ ਵੀ ਆਪਣੀ ਥੋੜੀ ਜੀ ਮੈਂਟਲ ਐਬਿਲਿਟੀ ਲਗਾ ਕੇ ਇਸ ਦਾ ਆਨਸਰ ਜ਼ਰੂਰ ਦੱਸ ਸਕਦੇ ਜੀ ਔਨੇ ਕਿ ਆਪ ਸਿਰਫ ਡਿਫਰੈਂਸ ਬਤਾਇਓ ਕਿ ਵੀ ਗ੍ਰੇਟੈਸਟ ਦੇ ਵਿੱਚ ਤੇ ਸਮਾਲੇਸਟ ਫਾਈਵ ਡਿਜੀਟ ਨੰਬਰ ਦੇ ਵਿੱਚ ਕੀ ਆਏਗਾ सी पार्ट सी पार्ट है एट नाइन 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 ओके ऐट नाइन 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 बाकी की कहेंगे समॉलैसट ग्रेटैस के फाइव डिजिट नंबर उठा लो स्मॉलेस्ट की गल करते हैं स्मॉलेस्ट नंबर जो आ जाएगा स्मॉलेस्ट नंबर को आ जाएगा दस हज़ार वाला स्मॉलेस्ट नंबर तो सा दस हज़ार वाला आ गया ग्रेटेस्ट ग्रेटेस्ट जो आएगा ग्रेटेस्ट आ जाएगा पांच वारी नौ क्योंकि ग्रेटेस्ट नंबर आ ही होंगे हूँ ए डिफरेंस किन्ना है पांच नौ माइनस करना अगर दस हज़ार सी पार्ट सी पार्ट शुभमी मैं सोखा तो नहीं लग रहा क्लासेस सुनोगे ना कदे बहुत डाउट जोड़े है बड़ा जरा डर है ना तो सारा डाउट क्लीयर हो जाएगा अगले हफ्ते तो आपकी क्लास जरूर स्टार्ट कर देनी है क्लास वो भी सुननी हैगी जरूर ट्रिपल नाइन नाइन नहीं एट डबल नाइन नाइन क्योंकि डिफरेंस पूछे है तो यह दस हज़ार को आप माइनस कर देंगे तो माइनस करके आ गया नौ इधर आ गया नौ इधर आ गया नौ इधर आ गया नौ तो नौ चो अठ गए नौ चो एक गया अठ तो डब ट्रिपल नहीं चार गुना नौ सी पार्ट अपना आंसर करेक्ट आ गए तो सोल्यूशन भी दिता है अरे यार एक सेकेंड। अगला क्वेश्चन बताओ जी ए वाला देखो जरा हम थोड़ा क्वेश्चन कौन बेस ये कंट के बेस से ही है ਦਰਸਲ ਇਹਦੇ ਵਿੱਚ ਗੱਲ ਹੋਈ ਹੈ ਡਿਵੀਜ਼ਿਬਿਲਟੀ ਬਾਈ 4 ਦੀ ਕਹਿੰਦਾ ਦਾ 5 ਡਿਜੀਟ ਨੰਬਰ 5 ਡਿਜੀਟ ਨਹੀਂ ਹੈਗਾ ਵੈਸੇ 6 ਡਿਜੀਟ ਨੰਬਰ ਹੈਗਾ 6 ਡਿਜੀਟ ਨੰਬਰ 7500A8 ਇਹ ਕੁਝ ਨੰਬਰ ਹੈਗਾ ਕਿੰਨੇ ਇਹ ਨੰਬਰ ਡਿਵੀਜ਼ੀਬਲ ਬਾਈ 4 ਹੈਗਾ ਸਭ ਦੀ ਆਫ ਕਰੇਲਾ ਜੀ ਕਿਸ ਦੇ ਕਿਸੇ ਨੂੰ ਵਗਿਆ ਲੱਗ ਗਿਆ ਜੀ ਬਹੁਤ ਆਦਾ ਮੇਰੇ ਵਰਗੇ ਆਮ ਜੋ ਪਸੰਦ ਨਹੀਂ ਕਰਦੇ ਮੋਮੋ ਜੀ ਇਦਾਂ ਹੀ ਹੁੰਦਾ ਯਾਰ ਕਿਸੇ ਕਿਸੇ ਨੂੰ ਜੀਐਸ ਵਾਲਾ ਸੈਕਸ਼ਨ ਹੁਣ ਤੁਹਾਨੂੰ ਐਡੀ ਚੀਜ਼ਾਂ ਯਾਦ ਹੋ ਗਈਆਂ ਉਹ ਜੀਐਸ ਲਈ ਚੀਜ਼ਾਂ ਯਾਦ ਆ ਗਈਆਂ ਤੁਸੀਂ ਉਹਦੇ ਤੇ ਮਿਹਨਤ ਕੀਤੀ ਹੋਈ ਹੈ ਜੀਐਸ ਵਾਲੇ ਸੈਕਸ਼ਨ ਦੇ ਉੱਤੇ ਐਦਾਂ ਨਹੀਂ ਹੋਏਗਾ ਕਿ ਤੁਸੀਂ ਉੱਤੇ ਮਿਹਨਤ ਨਹੀਂ ਕੀਤੀ ਹੋਏਗੀ ਤੁਸੀਂ ਉਹਨੂੰ ਟਾਈਮ ਦਿੱਤਾ ਹੋਏਗਾ ਟਾਈਮ ਲਗਾਇਆ ਹੋਏਗਾ ਟਾਈਮ ਜਦੋਂ ਆਪਾਂ ਕਿਸੇ ਚੀਜ਼ ਨੂੰ ਲਗਾਵਾਂਗੇ ਉਸ ਦਾ ਇੰਪੈਕਟ ਸਾਨੂੰ ਮਿਲੇਗਾ ਉਸ ਦਾ ਜਿਹੜਾ ਹੋਗਾ ਆਉਟਪੁੱਟ ਜਿਹੜਾ ਗਿਆ ਉਹ ਬੰਦਾ ਵੀ ਤੁਹਾਡਾ ਦੋਸਤ ਹੋਏਗਾ ਤੁਸੀਂ ਯਾਰੀ ਦੋਸਤੀ ਦੀ ਗੱਲ ਹੀ ਕਰ ਲਓ ਤੁਸੀਂ ਜਿਸ ਬੰਦੇ ਨਾਲ ਜ਼ਿਆਦਾ ਟਾਈਮ ਵੀ ਸਪੈਂਡ ਕਰੋਗੇ ਨਾ ਉਹ ਵੀ ਤੁਹਾਨੂੰ ਬਹੁਤ ਵਧੀਆ ਮਿੱਤਰ ਤੁਹਾਡਾ ਬਣੂਗਾ हूँ जो तुम जीएस वाले ज़्यादा वाला मित्र बनाया है यानी कि ज़्यादा टाइम दता है गुआंट नेता गुस्सा होना ही है फिर गुआंट भी टाइम दबो तो इसका आंसर कि आ रहा है चार डी ओके ध्यान ध्यान जरा सारे का आंसर जरा है, गलत है ध्यान सारे का आंसर गलत है सी, सी सी हाँ सिर्फ एक बंदे का आंसर सही आया हाल तक का मैं नाम नहीं लूंगा हले पर उस बंद का आंसर सही आया बाकी सारे का गलत है ਨੇ ਕੋ ਕਰਾ ਕੀ ਹੈ ਨੰਬਰ ਪੁੱਛਿਆ ਹੈ ਡਿਵੀਜ਼ੀਬਲ ਬਾਈ 4 ਜੇ ਡਿਵੀਜ਼ੀਬਲ ਬਾਈ 4 ਦੀ ਗੱਲ ਕਰੀਏ ਡਿਵੀਜ਼ਿਬਿਲਟੀ ਰੂਲ ਚਾਰ ਦਾ ਕਹਿੰਦਾ ਹੈਗਾ ਲਾਸਟ ਦੇ ਦੋ ਡਿਜੀਟ ਦੇਖੋ ਲਾਸਟ ਵਾਲੇ ਦੋ ਡਿਜੀਟ ਦੇਖੋ ਜੀ ਲਾਸਟ ਵਾਲੇ ਦੋ ਡਿਜੀਟ ਅਗਰ ਲਾਸਟ ਵਾਲੇ ਦੋ ਡਿਜੀਟ ਦੇਖਾ 8 ਹੁਣ A ਦੀ ਜਗ੍ਹਾ ਤੇ ਮੈਂ ਕਿੰਨੇ ਨੰਬਰ ਰੱਖਾਂਗਾ ਕਲਕਸਦਾ ਕੀ ਮੈਂ ਤੇ 2 ਰੱਖਾਂਗਾ ਬਿਲਕੁਲ ਰੱਖਾਂਗਾ ਕਿਉਂਕਿ 2 ਰੱਖਣ ਤੇ ਮੇਰਾ ਆ ਜਾਂਦਾ 28 ਔਰ 28 ਮੇਰਾ 4 ਦੇ ਨਾਲ ਡਿਵੀਜ਼ੀਬਲ ਹੋ ਜਾਂਦਾ 38 ਆ ਸਕਦਾ ਨਹੀਂ 48 ਆ ਸਕਦਾ ਬਿਲਕੁਲ ਆ ਸਕਦਾ 48 ਨਾਲ ਜਿਹੜਾ ਆ ਗਿਆ बिल्कुल करैक्ट है अठवंजा भी नहीं आऊगा अठाठ आ जाएगा क्योंकि सतारा चला है अठासी आ जाएगा चार नंबर तो पक्के हो गए लेकिन क्या आ वाला नंबर नहीं चाहता क्या जीरो ऐट वाला जीरो एट मतलब क्यों हो गया अठ ही था हो गया अठा डिविजन बाइ फोर नहीं होंगे क्या नंबर आना आंसर आना सी पार्ट करेक्ट है 5 आंसर जी गलती मिल गई ना तो जल्दबाजी ਦਾ ਕੰਮ ਨਹੀਂ ਕਰਨਾ ਹੁਣ ਇਹ ਦਰਅਸਲ ਇਹ ਵਾਲਾ ਕੁਸ਼ਨ ਹੈਗਾ ਪਰਮਿਊਟੇਸ਼ਨ ਬੇਸ ਅਰੇ 08 ਸੀਗਾ ਨਾ ਤੇ ਮੁਹੰਮਦ ਜੀ ਆ ਦੇਖੋ 08 ਵਾਲਾ ਜਿਹੜਾ ਨੰਬਰ ਹੁੰਦਾ ਉਹ ਵੀ ਤਾਂ 4 ਦੇ ਨਾਲ ਡਿਵਾਈਡ ਹੁੰਦਾ 28 ਵੀ 4 ਦੇ ਨਾਲ ਡਿਵਾਈਡ ਹੁੰਦਾ 48 ਵੀ 68 ਵੀ ਤੇ 88 ਵੀ 88 88 ਆ ਰਿਹਾ पांच नंबर आ गए ना तो पांच नंबर अगर आ गए तो उन्हें यही पूछा कि वैल्यूज ए पॉसिबल है देखो ए की जीरो टू फोर सिक्स और एट पांच वैल्यूज पॉसिबल होगी तो आंसर आ अपना आ गया सी पार्ट अपना आंसर करेक्ट है हम जो आला समय है यह थोड़ा औखा सम है इन मैं करके दिखा परमोटेन का सम हैगा वाला लास्ट क्लास मैं ना एक पिछले हफ्ते परमोटे लिती जे एवं बहुत ज्यादा सम कर रहे हैं ना तो वाली क्लास सुन लेना परमोटेशन की

थ्री फोर फाइव चाहिए एक कंडीशन चौबीस चौबीस सौ अगर तो वड़ा चाहिए तो गाला यार, है यार मैंने याद है इतने दो तीन चार पांच छे मेरे को सिर्फ इस पोजिशन देउजेंड पोजिशन है टेंस वाली पोजिशन है मेरी यूनिट पोजिशन हैगी है ठीक है जी वन पोजिशन जिन्होंने कहने समझना जो मैं थाउजेंड पोजिशन की गल करता पाया थाउजेंड पोजिशन मेरे किन्ने नंबर आ सकते हैं क्या मेरा जीरो आ है? क्या मेरा वन आ वो नहीं आऊगा क्यों क्योंकि मैंने नंबर जो चाहिए चौबी सौ तो व्डे वाला नंबर चाहिए हूँ जो चौबीस सौ तो व्डे वाला नंबर चाहिए इतने शायद कितने दो भी आ सकता है तीन भी आ सद चार भी आ सकता पं भी आ सद छः भी आ सद मेरे को टोटल थाउजेंड पोजिशन उत्तर जो गल कराँच नंबर आ सद सिर्फ और सिर्फ पंबर ठीक है जी समझ गए आ वाली थ्योरी समझ गए मैं अन्न एक दसो ए वाली गल समझ गए कि नहीं इस तो बाद अगे मैं तुम दसदा करना किमें अगे बहुत सौखा है जो तो ए समझ गए ना अगे बता दो मैं उस तो चलदा अगे जीरो वन मैं इस करके नहीं लिया क्योंकि वो मेरा नंबर जोगा चौबीस सौ तो छोटा नंबर दे देगा मैं चौबीस सौ तो बड़ा नंबर चाहिए है हूँ इतने सब के आंसर आने बंद हो गए मैं इनक चीज़ दस दो कि आग गई दो तीन चार पाँच छः वाली चीज़ ਕਲੀਅਰ ਹੈ ਨਾ ਓਕੇ ਜੀ ਹੁਣ ਮੰਨ ਲਓ ਅੱਗੇ ਕੁਸਚਨ ਕਿਹਾ ਗਿਆ no digit being repeated no digit being repeated ਦਾ ਮਤਲਬ ਕਿਹੜਾ ਹੈ ਕਿ ਵੀ ਜਿਹੜਾ ਨੰਬਰ ਇਸ ਪੋਜੀਸ਼ਨ ਤੇ ਆ ਗਿਆ ਉਹ ਦੁਬਾਰਾ ਮੁੜ ਕੇ ਕਦੇ ਨਹੀਂ ਆਇਆ ਠੀਕ ਹੈ ਨਾ ਜਿਹੜਾ ਨੰਬਰ ਇਸ ਪੋਜੀਸ਼ਨ ਤੇ ਆ ਗਿਆ ਉਹ ਦੁਬਾਰਾ ਮੁੜ ਕੇ ਕਦੇ ਨਹੀਂ ਆਇਆ ਇਹਦਾ ਮਤਲਬ ਅਗਰ ਜੇ ਇੱਥੇ ਮੇਰਾ 2 ਮੰਨ ਲਓ ਮੈਂ ਨਾ 2 ਨੰਬਰ ਆ ਗਿਆ ਫਿਕਸ ਕਰ ਲਿਆ ਮੇਰਾ 2 ਨੰਬਰ ਆ ਗਿਆ ਹੁਣ ਇੱਥੇ ਕਿੰਨੇ ਨੰਬਰ ਆਣਗੇ ਇੱਥੇ ਇੱਥੇ ਕਿੰਨੇ ਆਣਗੇ ਇੱਥੇ ਜ਼ਰਾ ਸੋਚੋ ਇੱਥੇ ਤੁਸੀਂ ਕਹੋਗੇ 4 4 ਨਹੀਂ ਆਣਗੇ ਜੀ 4 ਨਹੀਂ ਆਣਗੇ ਅ ਜਿਹੜਾ 0 ਤੇ 1 ਸੀਗਾ ਉਹ ਵੀ ਤਾਂ ਆ ਸਕਦਾ ਹੈ

ਠੀਕ ਹੈ ਜੀ ਹੁਣ ਜ਼ੀਰੋ ਅੱਗੇ ਕਿਤੇ ਨਹੀਂ ਆਣਾ ਦੋ ਕਿਤੇ ਅੱਗੇ ਨਹੀਂ ਆਣਾ ਨੋ ਡਿਜੀਟ ਬੀਇੰਗ ਰਿਪੀਟਿਡ ਸੀਗਾ ਯਾਨਕਿ 10th ਪੋਜੀਸ਼ਨ ਦੇ ਉੱਤੇ ਮੇਰਾ ਆਏਗਾ 1 3 4 5 ਔਰ 6 ਆ ਨੰਬਰ ਆਜੂਗਾ 1 3 4 5 6 ਨੈਕਸਟ ਇਹਦਾ ਮਤਲਬ ਹੈ ਕਿੰਨੀ ਪੋਸਿਬਲ ਆਊਟਕਮਸ ਹੋਈ ਹੈ ਪੰਜ ਹੁਣ ਮੰਨ ਲਓ ਪਾ ਇੱਕ ਆ ਗਿਆ ਮੇਰਾ ਇਸ ਜਗ੍ਹਾ ਤੇ ਇੱਕ ਆ ਗਿਆ ਠੀਕ ਹੈ ਜੀ ਹੁਣ ਇੱਕ ਜੇ ਇੱਥੇ ਆ ਗਿਆ ਇੱਕ ਅੱਗੇ ਨਹੀਂ ਆਊਗਾ 3 4 5 ਔਰ 6 ਮੇਰੇ ਕੋ ਸਿਰਫ ਇੱਥੇ ਚਾਰ ਨੰਬਰ ਰਹਿ ਗਏ ਜਿਹੜੇ ਇਸ ਪੋਜੀਸ਼ਨ ਤੇ ਆ ਸਕਦੇ ਆ ਇਹ ਆ ਗਿਆ ਇੱਥੇ ਮਲਟੀਪਲਾਈ ਕਰ ਦਿਓ 5 6 5 4 ਇਹਨਾਂ ਨੂੰ ਮਲਟੀਪਲਾਈ ਕਰ ਦੋ ਐਤੋਂ ਤੁਹਾਡਾ ਆਨਸਰ ਆ ਜਾਏਗਾ ਬਸ ਐਨੇ ਕਾ ਇਹ ਗੇਮ ਆ ਗਿਆ ਐਨੇ ਕਾ ਗੇਮ ਆ ਗਿਆ 1506 10 514 ਬਿਲਕੁਲ ਦੀ ਐਨੇ ਗੇਮ ਜਿਹੀ ਬਸ ਅਗਲਾ ਕੁਸ਼ਣ ਕਰਦੇ ਆ ਮੈਨੂੰ ਲੱਗਦਾ ਜਿਆਦਾ ਬੰਦੇ ਚਲੇ ਗਏ ਐ ਕਵਾਂਟ ਨੂੰ ਦੇਖ ਕੇ ਸਾਰੇ ਡਰ ਗਏ ਐ ਇੱਕ ਕੁਸ਼ਣ ਹੀ ਡਾਲਿਆ ਸੀਗਾ ਮੈਂ ਪਰਮਿਊਟੇਸ਼ਨ ਦਾ ਪ੍ਰਵਾ ਅੱਗੋਂ ਦੀ ਮੈਂ ਕੋਈ ਸਮਨੇ ਡਾਲੂਗਾ ਐਵੇਂ ਦਾ ਡਰਾਉਣਾ ਜਿਹਾ ਸਬ ਤੋ ਇਹਦਾ ਆਨਸਰ ਚੜਾ ਆਏਗਾ 540 ਆ ਜਾਏਗਾ ਮਲਟੀਪਲਾਈ ਕਰਕੇ ਦੇਖ ਲੈਣਾ ਜੀ ਅਗਲਾ ਦੱਸੋ ਜੀ ਆਹ ਵਾਲਾ ਕੁਸ਼ਣ ਕਰੋ 아이ਤੋ ਮੈਂ ਕਵਾਂਟ ਦੇ ਕੁਸ਼ਣ ਘਾਟ ਹੀ ਪਾਵਾਂਗਾ ਮੈਨੂੰ ਤਾਂ ਲੱਗਦਾ ਬੱਚੇ ਡਰ ਕੇ ਭੱਜ ਹੀ ਗਏ ਐ ਐਡਾ ਔਖਾ ਤਾਂ ਸੀਗਾ ਵੀ ਨਹੀਂ ਅਗਲਾ ਕਰਦੇ ਆ ਜੀ ਦੇਖੋ ਜੀ ਕੀ ਆਨਸਰ ਆਂਦਾ 600 ਆ ਰਿਹਾ 600 ਆ ਓਕੇ 600 ਆ ਦੋਨੋਂ ਇੱਥੇ ਵਰਤ ਲੇਤਾ ਓਕੇ 0 1 2 3 4 5 6 ਓਕੇ 600 ਆ ਰਿਹਾ ਪੰਜ ਹਾਂ छह सौ आ रहे हैं। तो 600 हंड्रेड आएगा जी आंसर 600 वाला अपना आंसर करेक्ट है महात्मा गांधी, गांधी री मार्क गुड मॉर्निंग सोफिया जी महात्मा गांधी री मार्क अपोज डेट चेक ऑन अ क्रम्बलिंग बैंक एज रिगार्डिंग द प्रपोजल ऑफ हाँ जी महात्मा गांधी जी ने कि प्रपोजल नो कहा कि भैया पोस्ट डेटेड चेक है तो आंसर तो लोगों के आ चुके हैं

कैबिनेट दावी साली को क्रिस पता उनिस सो छाली वाला है क्या वेबल प्लान कदो आया सिगा वेबल प्लान खासकर के लिखो वेबल आया उनिस सो पन्द्राली दे बीच ओके बाकी दे कदो कदो आया वाईफाई रुक गया ओके साइमन उनिस सो सताई कैबिनेट मिशन उनिस सो छाली उनिस सो सताई चे साइमन उनिस सो सताई जाया सिगा ओके जी अस देख लो जी द इंडियन स्टेचरी कमीशन साइमन कमीशन हाँ साइमन कमीशन की गल कर लेने ए सीन सैमन कमीशन समी अपने ग्रुप ऑफ सैवन मैंबर आया अंडर द चेयरमैनशिप ऑफ सर जॉन सैमन बंद का नाम की कहा गया सैमन कमीशन मोर ओवर कदों आया दिस मिशन अराइव इन इंडिया इन नाइनटीन ट्वेंटी एट उन्नीस सौ अठाईगा का आया टू स्टडी कॉन्स्टिट्यूशनल रिफॉर्म इन ब्रिटेन लार्जेस्ट मोस्ट इंपोर्टेंट पोजिशन अगले मिशन की गल कर लेने कैबिनेट मिशन कैबिनेट मिशन कदों आया उन्नीस सौ छियाली के आया कैबिनेट मिशन उन्नीस सौ छियाली आंदा आ गया कैबिनेट मिशन प्रपोज दैट देर शाल बी ए यूनियन ऑफ इंडिया एद प्रपोजल की भी देर शाल बी ए यूनियन ऑफ इंडिया विच वॉज टू बी एम्पावर टू डील विद द डिफेंस फॉरन अफेयर एंड कम्युनिकेशन ਦ ਕੈਬਨਿਟ ਮਿਸ਼ਨ ਰਿਕਮੈਂਡਡ ਐਂਡ ਅਨਡਿਵਾਈਡਿਡ ਇੰਡੀਆ ਉਹਦਾ ਰਿਕਮੈਂਡੇਸ਼ਨ ਸੀਗੀ ਕਿ ਵੀ ਅਨਡਿਵਾਈਡਿਡ ਇੰਡੀਆ ਬਣੇ ਤੇ ਟਰਨ ਡਾਊਨ ਦਾ ਮੁਸਲਿਮ ਲੀਗ ਡਿਮਾਂਡ ਫਾਰ ਅ ਸੈਪਰੇਟ ਪਾਕਿਸਤਾਨ ਮਤਲਬ ਜਿਹੜੇ ਉਹਨਾਂ ਦੀ ਡਿਮਾਂਡ ਜਿਹੜੀ ਸੀਗੀ ਕੈਬਨਿਟ ਦੀ ਕੈਬਨਿਟ ਦੀ ਤਾਂ ਡਿਮਾਂਡ ਆਈ ਸੀਗੀ ਕਿ ਵੀ ਯੂਨਾਈਟਿਡ ਇੰਡੀਆ ਬਣੇ ਤੇ ਲੇਕਿਨ ਮੁਸਲਿਮ ਲੀਗ ਨੇ ਜਦੋਂ ਕਿਹਾ ਕਿ ਵੀ ਆਪਣੇ ਨੂੰ ਤਾਂ ਦੇਸ਼ ਅਲੱਗ ਚਾਹੀਦਾ ਹੀ ਚਾਹੀਦਾ ਪਾਕਿਸਤਾਨ ਸਾਨੂੰ ਚਾਹੀਦਾ ਚਾਹੀਦਾ ਤਾਂ ਇਸ ਕਰਕੇ ਆ ਵਾਲਾ ਜਿਹੜਾ ਹੈਗਾ ਮਿਸ਼ਨ ਕਾਮਯਾਬ ਨਹੀਂ ਹੋ ਪਾਇਆ ਉਸ ਤੋਂ ਬਾਅਦ ਵੇਵਲ ਪਲਾਨ ਦੀ ਗੱਲ ਕਰ ਲੈਂਦੇ ਹਾਂ ਵੇਵਲ ਪਲਾਨ ਜਿਹੜਾ ਸੀਗਾ ਪਹਿਲੀ ਵਾਰੀ ਸ਼ਿਮਲਾ 'ਚ ਆਇਆ ਸੀਗਾ ਜੀ

क्लास खत्म कर ही देनी है पांच पांच मिनट मिनट से से क्लास खत्म कर देनी कितने हो गए नौ हो गया नौ, नहीं हो गया। नौ क्लास ओवर करके पांच मिनट का ब्रेक फिर साढ़े नौ बजे दोबारा तो क्लास इतों ही क्वेश्चना कंटिन्यू करा जिन्हें क्वेश्चन रह गए हु कंपोज द गायत्री मंत्र विश्वमित्र मित्र परीक्षित इंदिरा या वशिष्ठ पार्ट बलजिंदर कौर ए पार्ट ए पार्ट विश्व मित्र हाँ विश्व मित्र जी ने कंपोज द गायत्री मंत्र ओम भूर सुहा तो गायत्री मंत्र ओके जी अब पढ़ लियो थोड़ा जा थ्रेटिकल चीजा है, है द फर्स्ट न्यूज पेपर पबलिश इन इंडिया इन 1780 बताओ जी इस तो दोबारा कंटिन्यू करेंगे ठीक है क्लास हो? पहला न्यूज़पेपर जो पब्लिश होया इंडिया वालों हुआ जी सतारह सौ अस्सी के बंगाल गजट मद्रास कोरीबे या कलकटा क्रॉनिकल थर्डला पार्ट बिल, बिल्कुल बंगाल गजट जो है बंगाल गजट अपना आंसर करैक्ट है बंगाल गजट जो पहला न्यूज़पेपर पबलिश होगा इंडिया

ओये यार फ्रॉम बिगनिंग नहीं बताओ जी विच स्टेट इज कॉल्ड द क्रेडल ऑफ बुद्धिज्म बिहार 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 यस बिहार जड़ा गया बिहार अपना आंसर करेक्ट है गया उन्हें थोड़ा बोधगया वगैरह बारे सारी चीज लिखी हुई है बनियान ट्री बारे यूनेस्को दी वर्ल्ड हेरिटेज साइट भी सीखी ਤੇ ਬਿਹਾਰ ਸਟੇਟ ਇਸ कॉल्ड ਅ ਕ੍ਰੈਡਲ ਆਫ ਬੁੱਧਿਸਮ ਆਦੇ ਬਾਰੇ ਥੋੜਾ ਬੈ ਥਰੀਟਿਕਲ ਚੀਜ਼ਾਂ ਵੀ ਤੁਹਾਨੂੰ ਲਿਖ ਕੇ ਦੇ ਦਿੱਤੀ ਹੈ ਪੀਡੀਐਮ ਜੇ ਤੁਹਾਨੂੰ ਮਿਲ ਜਾਏਗੀ ਕਲਾਸ ਦੇ ਤਾਂ ਤੁਸੀਂ ਉਦੋਂ ਦੇਖ ਲੈਣਾ ਪੀਡੀਐਫ ਦੇ ਵਿੱਚ ਸਾਰਾ ਠੀਕ ਹੈ ਜੀ ਚਲੋ ਬਾਕੀ ਦੇ ਕੁਸ਼ਣ ਐਵੇਂ ਕਰਦੇ ਆ ਬਾਕੀ ਦੇ ਕੁਸ਼ਣ ਇਹ ਕੁਸ਼ਣ ਤੋਂ ਬਾਅਦ ਇਹ ਕੁਸ਼ਣ ਲਾਸਟ ਕੁਸ਼ਣ ਕਰਕੇ ਬਾਕੀ ਦੇ ਕੁਸ਼ਣ ਆਪਾਂ ਨੈਕਸਟ ਕਲਾਸ ਦੇ ਵਿੱਚ 9:30 ਵਜੇ ਵਾਲੀ ਕਲਾਸ ਦੇ ਵਿੱਚ ਕਰਦੇ ਆ ਠੀਕ ਹੈ ਜੀ ਓਕੇ ਬਤਾਓ ਜੀ ਇਹਦਾ ਆਨਸਰ ਕੀ ਆਏਗਾ ਹੂ ਟ੍ਰਾਂਸਲੇਟਡ ਰਮਾਇਨਾ ਇਨਟੂ ਪਰਸ਼ੀਅਨ ਕਿਹਨੇ ਟ੍ਰਾਂਸਲੇਟ ਕੀਤੀ ਸੀਗੀ ਜੀ ਰਮਾਇਨਾ ਨੂੰ ਪਰਸ਼ੀਅਨ ਲੈਂਗੁ अब्दुल फाजी इसार दास अब्दुल या बदवानी हाँ ब्रेक बिल्कुल क्वेश्चन बाद ब्रेक ही ब्रेक है जी आई ब्रेक है साढ़े नौ बजे दोबारा लगाने क्वेश्चन दे दो आंसर बदौनी ओके डी पार्ट बदौनी बदौनी नहीं नहीं बदौनी नहीं है ਅਬਦੁਲ 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 ਫਿਜ਼ੀਸ਼ਾ ਅਬਦੁਲ ਅਬਦੁਲ ਫਾਜ਼ੀਆ ਅਬਦੁਲ ਫਾਜ਼ੀ ਨੇ ਜਿਹੜਾ ਸੀਗਾ ਉਹਨੇ ਰਮਾਇਣਾ ਨੂੰ ਪਰਸ਼ੀਅਨ ਲੈਂਗੁਏਜ ਦੇ ਵਿੱਚ ਕੀਤਾ ਸੀਗਾ ਤੁਸੀਂ ਕੱਲ ਵੀ ਕੁਐਸਚਨ ਪੜਾਇਆ ਸੀਗਾ ਕਿ ਮਹਾਭਾਰਤ ਨੂੰ ਕਿਨੇ ਕਰਿਤਾ ਸੀਗਾ ਮਹਾਭਾਰਤ ਦੇ ਲਈ ਵੀ ਆਪਾਂ ਕੱਲ ਪੜਾਇਆ ਸੀਗਾ ਔਰ ਇਹ ਕੌਣ ਕਰਾਂਦਾ ਕੌਣ ਸੀਗਾ ਅਕਬਰ ਨੂੰ ਸ਼ੌਂਕ ਸੀਗਾ ਜੀ ਅਕਬਰ ਸੀਗਾ ਜਿਹੜਾ ਕਾਫੀ ਕਿਤਾਬਾਂ ਨੂੰ ਆਪਣੀ ਜਿਹੜੀ ਸੰਸਕ੍ਰਿਤ ਵਾਲੀ ਕਿਤਾਬਾਂ ਸੀਗੀਆਂ ਜਿਵੇਂ ਰਮਾਇਣਾ ਹੋਗੀ ਮਹਾਭਾਰਤ ਹੋਗੀ ਉਹਨਾਂ ਨੂੰ ਪਰਸ਼ੀਅਨ ਲੈਂਗੁਏਜ ਦੇ ਵਿੱਚ ਕਰਾਉਂਦਾ ਸੀਗਾ ਤਾਂ ਅਕਬਰ ਜਿਹੜਾ ਆਨਸਰ ਹੈਗਾ ਅਕਬਰ ਵੀ ਆਏਗਾ हां जी ਇਹ ਪਾਰਟ ਜਿਹੜਾ ਹੈਗਾ ਅਬਦੁਲ ਫਾਜ਼ੀ ਉਹ ਬਿਲਕੁਲ ਕਰੈਕਟ ਹੈਗਾ ਠੀਕ ਹੈ ਜੀ ਕਰਦੇ ਆ ਕਲਾਸ ਨੂੰ ਓਵਰ ਬਾਕੀ ਦੇ ਕੁਸ਼ਨਸ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਡਿਸਕਸ ਕਰਦੇ ਆ ਬਾਕੀ ਲਾਸਟ ਇਨਫੋਰਮੇਸ਼ਨ ਤੁਹਾਨੂੰ ਮੈਂ ਦੇ ਦਵਾ ਦੁਬਾਰਾ ਤੋਂ ਇੱਕ ਇਨਫੋਰਮੇਸ਼ਨ ਦੇ ਦੇਵਾਂ ਬਾਕੀ ਦੇ ਸਾਰੇ ਕੁਸ਼ਨ ਜੇ ਦਰਸਲ ਕਵਾਂਡੇ ਹੀ ਰਹਿ ਗਏ ਸੀਗੇ ਕਾਫੀ ਕੁਸ਼ਨ ਪੈਸ ਗਏ ਆ ਓਕੇ ਜੀ ਤੋਂ ਬੈਚਸ ਦੇ ਬਾਰੇ ਤੁਹਾਨੂੰ ਮੈਂ ਦੁਬਾਰਾ ਤੋਂ ਇਨਫੋਰਮੇਸ਼ਨ ਦੇ ਦਿੰਦਾ ਜਿਹੜੇ ਬੈਚਸ ਪਰਚੇਸ ਕਰਨਾ ਚਾਹੁੰਦੇ ਆ ਹੁਣੇ ਕੱਲ ਨੂੰ 40% ਆਫ ਦੇ ਵਿੱਚ ਕੋਰਸਸ ਤੁਹਾਨੂੰ ਮਿਲਦੇ ਪਏ ਐ ਐਲਪੀ ਸੰਚਿਤ ਰੈਫਰਲ ਕੋਡ ਜ਼ਰੂਰ ਲਗਾਣਾ ਵੈਬਸਾਈਟ ਦਾ ਜਿਹੜਾ ਲਿੰਕ ਹੈਗਾ ਡਿਸਕ੍ਰਿਪਸ਼ਨਸ 'ਤੇ ਆਇਆ ਹੈ ਪੰਜਾਬ ਕੋਰ ਬੈਚ ਪਰਚੇਸ ਕਰੋ 4200 ਰੁਪਏ ਦਾ ਬੈਚ ਹੈਗਾ ਸਾਰੇ ਤਰੀਕੇ ਤੇ ਤੁਹਾਨੂੰ ਟੈਸਟ ਕਵਰ ਕਰਾ ਦਿੱਤੇ ਜਾਂਦੇ ਆ ਬਾਰ-ਬਾਰ ਕੋਈ ਡਿਫਰੈਂਟ ਬੈਚ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਪਊਗੀ ਪੰਜਾਬ ਕੋਰ ਬੈਚ ਦੀ ਖਾਸੀਅਤ ਹੀ ਇਹ ਹੈ ਕਿ 4200 ਰੁਪਏ ਦਾ ਬੈਚ ਹੈ ਜੇ ਕੱਲਾ ਬੈਚ ਪਰਚੇਸ ਕਰਨਾ ਚਾਹੁੰਦੇ ਹੋ ਕੱਲਾ-ਕੱਲਾ ਵੀਪ ਕਰ ਸਕਦੇ ਹੋ ਜੇ ਐਕਸਾਈਜ਼ ਕਲਰਕ ਡੀਓ ਐਸਾ ਕੋਈ ਕਰ ਰਹੇ ਹੋ ਪੇਪਰ ਜੀ ਠੀਕ ਹੈ ਜੀ 9:30 ਵਜੇ ਆਪਾਂ ਦ